ਨਹੀਂ ਮੇਰੇ ਤਾਂ ਬਲਾਈ ਉੱਠ ਰਿਹਾ ਦਰਦ ਲੈ ਹਾਏ ਨਾ ਇਹਨੇ ਵੀ ਹੁਣੀ ਉੱਠਣਾ ਕੀ ਦਰਦ ਨੇ ਹਾਏ ਨਹੀਂ ਪਤਾ ਨਹੀਂ ਕੀ ਹੋ ਗਿਆ ਨਹੀਂ ਕੋਈ ਖਾਦੇ ਪੀਤੇ ਦੀ ਮਾਰ ਹੋ ਗਿਆ ਇਹੋ ਜਿਹਾ ਕੀ ਖਾ ਲਿਆ ਅੱਜ ਤੈਂ ਹਾਏ ਨਹੀਂ ਪਤਾ ਨਹੀਂ ਕੀ ਖਾਇਆ ਗਿਆ ਹਾਏ ਕਾਹਨੂੰ ਖਾਦਾ ਮੈਂ ਤਾਂ ਚਲੋ ਤੇਰੇ ਕਣੀ ਨਿਕਲ ਗਈ ਆ ਨਾ ਉਹ ਛੋਟੇ ਛੜਾ ਮੱਥੇ ਲੱਗਿਆ ਸੀ ਮੇਰੇ ਬਸ ਉਹੀ ਸੌਣ ਪੂਰੇ ਹੋ ਗਏ ਹੁਣ ਲੈ ਦੇਖ ਲੈ ਚੋਗਾ ਤਾਂ ਮੈਂ ਹੁਣ ਖੰਡਿਆ ਆਈ ਹੁਣ ਦੇਖੀ ਕਬੂਤਰੀ ਕਿਵੇਂ ਪਰ ਮਾਰਦੀ ਆ ਕੇ ਚੋਗੇ ਤੇ ਬੈਠੂਗੀ ਫਿਰ ਤਾਂ ਮੇਰਾ ਕੰਮ ਜਮਾ ਪੱਕਾ ਹੀ ਹੋ ਜੂਗਾ ਲੈ ਹੁਣ ਤਾਂ ਨਜ਼ਾਰਾ ਆਊਗਾ 17,000 ਕਿਹਾ ਫਿਰ ਦੇਖੀ ਸੂਟ ਲੈ ਕੇ ਆਊਂਗੀ ਸੋਹਣਾ ਜਾ 5-6 ਹਜ਼ਾਰ ਦਾ ਚੱਲ ਦੇਖਦੀ ਹਾਂ ਲੈ ਕਰਦੇ ਹਾਂ ਘਰੇ ਗੱਲ ਜਾ ਕੇ ਜੇ ਪੂਰਾ ਬਣਾ ਦੇਣਗੇ ਦੱਸ ਹੈ ਪਹਿਲਾਂ ਤਾਂ ਸੌ ਕੁਛ ਬੋਲਣਗੇ ਫਿਰ ਬਣਾ ਕੇ ਦੇਣਗੇ ਮੈਨੂੰ ਲੱਗਦਾ ਇਹੋ ਜਿਹਾ ਕਿਹੜਾ ਭਲੇ ਮਾਨਸ ਨੇ ਪਹਿਲੀ ਵਾਰੀ ਕਰ ਦੇਣਗੇ ਹੈਂ ਆਹ ਕਿਹਦੇ ਜਵਾਬ ਹੁੰਦੇ ਨੇ ਚੱਲ ਪੁੱਛਦਾ ਜਾ ਕੇ ਮੈਨੂੰ ਤਾਂ ਲੱਗਦਾ ਆਪਣੇ ਘਰੋਂ ਨਿਕਲੇ ਨੇ ਚੱਲ ਮੈਂ ਕਰਦਾ ਗੱਲ ਭਲਾ ਜਾ ਕੇ ਇੱਕ ਤਾਂ ਜਾਣ ਨਹੀਂ ਦਿੰਦੇ ਘਰੋਂ ਵਗ ਜਾਂ ਨਾ ਠਾਹ ਵੱਜਦੇ ਨੇ ਉਹਦੀ ਰਿੰਡਾਂ ਜੋ ਆ ਕੇ ਹੈਂ ਪਤਾ ਨਹੀਂ ਕੀ ਹੋਰ ਕੰਮੇ ਨਹੀਂ ਹੈਗੇ ਇਹਨਾਂ ਨੂੰ ਸਾਰਿਆਂ ਨੂੰ ਕੋਈ ਦੇਖ ਲੈ ਆਹ ਤਾਇਆ ਜੀ ਨਹੀਂ ਆਉਂਦਾ ਹੁਣ ਉੱਜੜਾ ਤੀਲਾ ਕਰੋ ਕਹਿੰਦਾ ਤੀ ਖੇਤ ਜਾਣਾ ਵੀ ਐਡੀ ਛੇਤੀ ਤੂੰ ਖੇਤੋਂ ਵੀ ਜਾਇਆ ਦੱਸ ਤੇਰਾ ਘਰੇ ਇਹੋ ਜਿਹਾ ਕੀ ਦੱਬਿਆ ਹੋਇਆ ਬਿੰਦਨੀ ਬਾਰੇ ਖੜਦਾ ਹੈ ਉਹ ਜੋ ਆਖੋ ਉਹ ਮਾਲਾ ਦੇਖੋ ਮੜੇ ਜਾ ਮੇਰਾ ਫੋਨ ਜਾ ਟੂੰ ਟੂੰ ਜੇ ਕਰਦਾ ਤੀ ਮੇਰੇ ਤੋਂ ਅੱਖਰ ਜੇ ਉੱਠੇ ਨਹੀਂ ਹੈਗੇ ਦੇਖੋ ਭਲਾ ਕਿਹਦਾ ਨੰਬਰ ਆ ਇਹ ਪਹਿਲਾਂ ਮੰਗੇ ਦੀ ਭੂਆ ਦਾ ਫੋਨ ਆਇਆ ਤੀ ਟਨੋਲੀ ਤੋਂ ਆ ਹੁਣ ਫੇਰ ਖੜਕ ਗਿਆ ਟੂੰ ਟੂੰ ਜੇ ਲੱਗ ਗਿਆ ਕਰਨਾ ਇੱਕ ਤਾਂ ਅੱਗ ਲਾਉਣੀ ਨਿਗਾਹ ਨਹੀਂ ਹੈਗੀ ਮੇਰੀ ਹੈ ਨਹੀਂ ਤਾਂ ਮੈਂ ਦੇਖ ਲੈਣਾ ਪਹਿਲਾਂ ਵੀ ਉੱਥੇ ਪੰਡਤਾਂ ਦਾ ਮੁੰਡਾ ਮਿਲ ਗਿਆ ਕੁਦਰਤੀ ਉਹਨੇ ਚੱਕ ਲਿਆ ਤੀ ਦੇਖਿਓ ਭਾਈ ਮਾੜਾ ਜਿਹਾ ਨਾ ਤਾਇਆ ਜੀ ਤੁਸੀਂ ਵੀ ਜਮੀ ਕਮਾਲ ਕਰਦੇ ਹੋ ਆ ਦੋ ਟਿੰਗਾਂ ਤੇ ਤਾਂ ਤੁਹਾਡਾ ਘਰ ਹੈ ਘਰੇ ਜਵਾਕਾਂ ਨੂੰ ਪੁੱਛ ਲਓ ਵੀ ਕਿਹਦਾ ਫੋਨ ਆਇਆ ਅੱਗੇ ਮੈਨੂੰ ਹੀ ਪੁੱਛ ਕੇ ਲਾਉਣੇ ਫੋਨ ਵੀ ਕਿਹਦਾ ਆਇਆ ਕਿਹਦਾ ਨਹੀਂ ਆਇਆ ਜਮੀ ਕਮਾਲਾਂ ਕਰਦੇ ਹੋ ਤੁਸੀਂ ਜਵਾਕੋ ਪਹਿਲਾਂ ਸੋਰ ਮੈਂ ਤਾਂ ਉਹੀ ਤੁਹਾਨੂੰ ਪੁੱਛ ਲਿਆ ਮੈਂ ਚੱਲ ਜਾਂਦੇ ਜਾਂਦੇ ਪੁੱਛ ਲੈਂਦੇ ਆਪਾਂ ਘਰ ਤੱਕ ਜਾ ਕੇ ਕਿਤੇ ਸੋਹਰਾ ਬੰਦ ਨਾ ਹੋ ਜੇ ਮੈਂ ਤਾਂ ਕਹਿੰਦਾ ਜੀ ਹੋਰ ਕੀ ਮੈਂ ਕਰਾਉਣਾ ਤੂੰ ਦੱਸ ਆਹੋ ਬੈਠਾ ਕਰਦੇ ਹੋ ਸਾਰਾ ਪਤਾ ਮੈਨੂੰ ਕਿੱਥੇ ਬੋਲਦੇ ਹੋ ਤੁਸੀਂ ਜਮੀ ਕਮਾਲ ਹੋ ਰਹੀ ਹੈ ਤੁਹਾਡੇ ਭਾਅ ਦੀ ਸਿਆਣੇ ਬਿਆਣੇ ਨੂੰ ਜਮੀਨ ਸ਼ਰਮ ਆਉਂਦੀ ਹੈਗੀ ਚੱਲ ਭਾਈ ਮੈਂ ਘਰੇ ਪੁੱਛ ਲੂ ਮੈਂ ਤਾਂ ਉਹੀ ਆਉਂਦੇ ਜਾਂ ਮੈਂ ਚੱਲ ਭਈ ਆ ਕੁੜੀ ਆਉਂਦੀ ਆ ਕਿਹਦੀ ਇਹਨੂੰ ਪੁੱਛ ਲੈਣਾ ਕਾਹਨੂੰ ਦੱਸਾਂ ਕਾਹਨੂੰ ਜਾਣਦਾ ਤੂੰ ਮੈਨੂੰ ਜਮੀ ਕਮਾਲ ਕਰਦਾ ਲੈ ਸਿਆਣਾ ਬੈਣਾ ਤੇਰੇ ਵਾਲੀ ਜਮੀ ਹੱਦ ਹੋਈ ਪਈ ਹੈਗੀ ਉਹ ਨਹੀਂ ਮਾਲਾ ਐਵੇਂ ਨਹੀਂ ਗੁੱਸਾ ਕਰਿਆ ਕਰਦੇ ਫਿਰ ਕੀ ਹੋ ਗਿਆ ਜੇ ਮੈਂ ਪੁੱਛ ਲਿਆ ਦੱਸਾਂ ਮੇਰੀ ਨਿਗਾਹ ਨਹੀਂ ਹੈਗੀ ਹੈ ਘਾਟਾ ਥੋੜੀ ਨਾ ਗੁੱਸਾ ਕਿਉਂ ਨਾ ਕਰੀਏ ਤਾਇਆ ਜੀ ਤੁਸੀਂ ਗੱਲਾਂ ਹੀ ਗੁੱਸੇ ਵਾਲੀਆਂ ਕਰਦੇ ਹੋ ਮੈਥੋਂ ਜ਼ਿਆਦਾ ਪੁੱਛਿਆ ਜਾਂਦਾ ਘਰੇ ਜਵਾਕਾਂ ਨੂੰ ਪੁੱਛ ਲਓ ਜਾ ਕੇ ਰਾਹ 'ਚ ਲੱਗ ਗਿਆ ਪੁੱਛਣਾ ਕਿ ਕਿਹਦਾ ਫੋਨ ਆਇਆ ਕਿਹਦਾ ਫੋਨ ਨਹੀਂ ਆਇਆ ਮੈਨੂੰ ਪੁੱਛਦਾ ਸਮਾਰ ਸਮਾਰ ਕੇ ਬਾਗੀ ਹੋਇਆ ਹੈ ਦੇਖ ਲਾ ਸੋਰੀ ਉਈ ਮੱਲੋ ਮੱਲੀ ਗੱਲ ਪੈ ਗਈ ਮੇਰੇ ਧੜਕੀ ਪਤਾ ਨਹੀਂ ਕੀ ਸੋਰੀ ਇਹੋ ਜਿਹੇ ਕੌੜ ਤੂੰ ਵੇਖਾਉਂਦੀ ਆ ਹੈ ਇਕੱਲਾ ਕੋਈ ਇਹ ਮੈਂ ਤਾਂ ਤੈਨੂੰ ਐਂ ਕਿਹਾ ਸੀ ਭਈ ਆਹ ਦੇਖੀ ਮਾੜਾ ਜਿਹਾ ਮੇਰੇ ਨਿਗਾਹ 'ਚ ਨਹੀਂ ਆਉਂਦੇ ਨੰਬਰ ਜੇ ਹੈ ਨਾ ਇਹ ਮੈਨੂੰ ਸਾਰਾ ਪਤਾ ਇਹਨਾਂ ਦਾ ਇਹ ਘਰੇ ਬਹਿ ਕੇ ਇਹ ਮੀਟਿੰਗਾਂ ਕਰਦੀਆਂ ਨੇ ਇਹ ਹੋਈ ਉਹ ਦੂਜੀ ਹੋਈ ਇੱਕ ਹੈ ਫੌੜ ਪੈ ਰਹੀ ਜੀ ਇਹ ਛੇਕੜ ਇਹ ਮੰਗੇ ਦੀ ਮਾਂ ਨੂੰ ਖਰਾਬ ਕਰਨਗੀਆਂ ਹੋਰ ਇਹਨਾਂ ਦੀ ਕੋਈ ਗੱਲ ਨਹੀਂ ਹੈਗੀ ਹੈ ਵੀ ਇਹਨਾਂ ਦਾ ਆਪ 'ਚ ਕਾਹਦੋਂ ਚੱਲੀ ਜਾਂਦਾ ਵੀ ਇੰਨਾ ਚਿਰ ਹੋ ਗਿਆ ਮੈਂ ਕਰਦਾ ਗੱਲ ਜਾ ਕੇ ਘਰੇ ਚੋ ਮੰਗੇ ਇਹਦਾ ਤੇਰਾ ਰੱਬ ਭਲਾ ਕਰੇ ਮੈਂ ਤਾਂ ਭੁੱਲ ਜਾਂਦਾ ਇੱਕ ਤਾਂ ਕੀ ਇਹਦਾ ਨਾਂ ਮੱਗਰ ਦਾ ਇਹਦਾ ਵੀ ਸਮਾਨ ਜਿਹਾ ਫੜਾਏ ਜਾਵਾਂ ਜਾਂਦਾ ਜਾਂਦਾ ਉਹ ਮੱਗਰ ਓਏ ਉਹ ਮੱਗਰਾ ਓਏ ਉਰਾ ਹੋਈ ਮੱਲ ਮੜ ਜਾ ਬੇ ਕਿਹੜਾ ਭਾਈ ਆਉਨੇ ਆਉਨੇ ਰੁਕ ਜਾ ਆ ਸੁਣਦਾ ਨਹੀਂ ਮੜਾ ਦੇਖੀ ਬਾਹਰ ਕੌਣ ਆਇਆ ਹੈ ਬਾਜ ਹੀ ਨਹੀਂ ਦਿੰਦਾ ਹੈਗਾ ਕਿਤੇ ਪਤਾ ਨਹੀਂ ਕਿੱਥੇ ਵੜ ਗਿਆ ਦੱਸ ਦੀਦਾ ਹੀ ਨਹੀਂ ਕਿਤੇ ਵੀ ਬੇ ਆ ਗਏ ਭਾਈ ਰੁਕ ਜਾ ਆ ਬੈਠਾ ਉਰੇ ਮੈਂ ਆ ਜਾ ਓਹੋ ਆਏ ਹਾਏ ਆਏ ਹਾਏ ਗੋਡਿਆਂ ਨੇ ਅੱਡ ਤਪਾ ਲਏ ਪਤਾ ਨਹੀਂ ਕਦ ਹਟਣਗੇ ਇਹ ਬਥੇਰਾ ਕੁਛ ਖਾਈਦਾ ਨਾਲੇ ਬੇ ਮੰਗੇ ਹਾਂ ਬੀਬੀ ਬੇ ਤੂੰ ਹਰਖਦਾ ਤੀਗਾ ਵੀ ਪ੍ਰੀਤ ਆ ਕੇ ਗੱਲਾਂ ਲੱਗ ਗਈ ਮਾਰਨ ਮੈਨੂੰ ਪਰਾਂ ਜਾਣ ਨੂੰ ਕਹਿੰਦੇ ਪੁੱਤ ਬੁੜੀਆਂ ਨੇ 100 ਗੱਲਾਂ ਹੁੰਦੀਆਂ ਨੇ ਇੱਕ ਮੇਰੀ ਗੱਲ ਸੁਣ ਉਹ ਤਾਂ ਐਂ ਕਹਿੰਦੀ ਤੀਗੀ ਕਹਿੰਦੀ ਆ ਉਰੇ ਆਪਣੇ ਬਾਬਾ ਰਹਿ ਨਹਿਰ 'ਤੇ ਹੈਂ ਕਹਿੰਦੀ ਬਲਾਈ ਵਧੀਆ ਬਾਗਾ ਵਧੀਆ ਦੱਸਦਾ ਗਾ ਕਹਿੰਦੀ ਹੈਂ ਆਪਾਂ ਤੇਰੇ ਤਾਏ ਵਾਸਤੇ ਆਈ ਤੀ ਉਹ ਵੀ ਵਿਚਾਰੀ ਆਪਣੀ ਫਿਕਰ ਦੇਖ ਲਾ ਕਿੰਨੀ ਕਰਦੀ ਆ ਵੀ ਸਾਰਾ ਦਿਨ ਲੜਦਾ ਆਪਣੇ ਨਾਲ ਹੈ ਨਾ ਬੇ ਪੁੱਤ ਨਾਲੇ ਜ਼ਿਆਦਾ ਪੈਸੇ ਲੈਂਦਾ ਸਿਰਫ 17,000 ਲਊਗਾ ਨਾਲੇ ਜਿਵੇਂ ਆਪਾਂ ਕਹਾਂਗੇ ਨਾ ਤੇਰਾ ਤਾਇਆ ਉਵੇਂ ਯੁਕਰੀ ਕਰੂਗਾ ਆਪਣੇ ਵਾਲੀ ਬੋਲੀ ਬੋਲਿਆ ਕਰੂਗਾ ਉਹ ਵੀ ਤੂੰ ਬੌਲੀ ਹੋ ਰਹੀ ਆ ਬੀਬੀ 17,000 ਥੋੜਾ ਹੁੰਦਾ ਨਾਲੇ ਤਾਏ ਨੂੰ ਕੀ ਹੋਇਆ ਬੇ ਤਾਏ ਨੂੰ 17,000 ਹੋਇਆ ਕੀ ਨਹੀਂ ਤਾਏ ਨੂੰ ਤਾਂ ਲੋਕਾਂ ਦਾ ਇੱਕ ਇੱਕ ਭੂਤ ਨਹੀਂ ਜੰਬੜੇ ਨੇ ਪਤਾ ਨਹੀਂ ਕਾ ਭੂਤ ਚੰਬੜ ਰਹੇ ਨੇ ਜਾਇ ਰੋਏ ਨੂੰ ਨਾ ਘਰੋਂ ਕੱਢਣੀ ਤਾਂ ਕਰਖੀ ਆ ਮੈਂ ਹੈ ਤੈਨੂੰ ਪਤਾ ਮੰਗੇ ਮੈਂ ਤੈਨੂੰ ਦੱਸਿਆ ਨਹੀਂ ਮੈਂ ਤਾਂ ਭੁੱਕੀ ਖਾ ਖਾ ਕੇ ਆਪ ਟਾਈਮ ਪਾਸ ਕਰਦੀ ਆ ਨਾੜਾਂ ਦੁੱਖਣ ਲੱਗੇ ਨੇ ਬੋਲ ਦਿੰਦੀ ਆ ਨਾ ਨਾ ਮੇਰੇ ਕੋਲ ਨਹੀਂ ਹੈਗਾ 17,000 ਨਾ ਪੁੱਤ ਕੋਈ ਨਾ ਮੇਰੀ ਗੱਲ ਸੁਣ ਜੇ ਇੱਥੋਂ ਨਾ ਜ਼ਮੀਨ ਵੜਾ ਲਈ ਅੱਧੀ ਨਿਕਲ ਗਈ ਕੰਧ ਕਈ ਵਾਰੀ ਤਾਂ ਉਹਨੇ ਕਹਿਤਾ ਮੈਂ ਕੰਧ ਕੱਢ ਲੂੰਗਾ ਕੰਧ ਕੱਢ ਲੂੰਗਾ ਪੁੱਤ ਫੇਰ ਕੀ ਕਰੇਗਾ ਸਾਰੀ ਜਾਇਦਾਦ ਲੈ ਜੂਗਾ ਚੱਲ ਕੋਈ ਨਾ ਫਿਰ ਦੇਖ ਲਾਂਗੇ ਹਾਂ ਪੁੱਤ ਐਂ ਕਰ ਆੜਤੀ ਤੋਂ ਪੈਸੇ ਫੜ ਲਈ ਚੰਗਾ ਫਿਰ ਮੈਂ ਜਾ ਆਉਂਗੀ ਪ੍ਰੀਤ ਨਾਲ ਜੇ ਉਹਨੂੰ ਪਤਾ ਲੱਗ ਗਿਆ ਨਾ
ਹੁੰਡਾ ਬਹੁ ਫੇਰੂਗਾ ਉਹ ਵੀ ਉਹਨੂੰ ਕੀ ਸਵਾਹ ਪਤਾ ਲੱਗੂਗਾ ਤੂੰ ਹੀ ਦੱਸੇਗਾ ਤੂੰ ਵੀ ਚੱਕਮਾ ਚੁੱਲਾਂਗਾ ਜੇ ਤਾਏ ਦੇ ਗੁੱਟ ਲਵੇ ਬਹਿ ਜਾ ਨਾ ਉਹਦੀ ਉਸ ਦਾ ਬਣ ਜਾਣਾਗਾ ਮੈਂ ਤਾਂ ਬੀਬੀ ਵਿਚਾਲੇ ਫਸ ਗਿਆ ਚੂਹਾ ਕੰਮ ਹੋ ਗਿਆ ਕੜੱਕੀ ਚ ਨਾ ਉਹਨੂੰ ਕਹਿ ਸਕਦਾ ਕੁਛ ਨਾ ਤੈਨੂੰ ਕਹਿ ਸਕਦਾ ਬੇ ਤੇਰਾ ਤਾਂ ਚੂਹੇ ਵਾਲਾ ਹੋ ਰਿਹਾ ਮੇਰਾ ਤਾਂ ਸੂਸਨੀ ਵਾਲਾ ਕੰਮ ਹੋ ਰਿਹਾ ਉਹ ਸੂਸਨੀ ਸੁਸ ਕਰਦੀ ਫਿਰੀ ਜਾਂਦੀ ਆ ਉਹ ਕੰਮ ਮੇਰਾ ਹੋ ਰਿਹਾਗਾ ਮੈਂ ਤਾਂ ਕੜੱਕੇ ਚ ਵੀ ਨਹੀਂ ਫਸਣ ਜੋਗੀ ਹੈਗੀ ਐਡੀ ਮੋਟੀ ਚੱਲ ਦੇਖਦਾ ਮੈਂ ਇਹਦਾ ਹੋਰੇ ਚੱਕਰਾਂ ਚ ਪਾਤਾ ਨਹੀਂ ਮੈਨੂੰ ਤਾਂ ਜਾਊਗਾ ਮੰਗਾ ਲਿਆਊਗਾ ਪੈਸੇ ਤਾਂ ਪੱਕਾ ਮੈਂ ਜਾ ਆਊਂਗੀ ਪ੍ਰੀਤ ਨਾਲ ਫਿਰ ਕੀ ਹੁੰਦਾ ਗਾ ਉਸ ਦਿਨ ਦਾ ਬਾਬੇ ਕੋਲ ਖਬਰ ਆ ਕੋਈ ਵਧੀਆ ਬਾਬਾ ਵਧੀਆ ਦਿੰਦਾ ਹੋਵੇ ਕੁਛ ਕਰਕੇ ਤਾਕਤ ਵੀ ਤੇ ਮੈਂ ਤਾਂ ਜੀ ਨਾ ਇੱਕ ਡੰਗ ਦੀ ਫਬੂਤੀ ਹੋ ਗਈ ਦੋ ਡੰਗ ਡੇਕੂੰਗੀ ਇਹਨੂੰ ਇਕੱਠੀ ਡੇਕ ਦੂੰਗੀ ਖਾਸੀ ਖਾਸੀ ਓਏ ਆ ਜਾ ਓਏ ਕਿੱਥੇ ਹੱਥ ਫਾਰ ਕੇ ਇਹੋ ਜਿਹਾ ਤਾਂ ਆਇਆ ਹੈ ਮੈਂ ਤੇਰੀ ਕੰਮ ਆਇਆ ਆਪਦਾ ਕੰਮ ਨਹੀਂ ਹੈਗਾ ਕੋਈ ਪਤਾ ਨਹੀਂ ਕਿੱਥੇ ਬੜਾ ਖੜਿਆ ਓ ਮਗਰਾ ਮਗਰਾ ਲੈ ਮੈਂ ਆਇਆ ਨਹੀਂ ਹਜੇ ਇਹ ਮੈਂ ਤਾਂ ਐਸੀ ਖੋਲਤਾ ਹੋਣਾ ਗੇਟ ਗੂਟ ਮੈਂ ਜਾਵਾਂ ਲੈ ਪਤਾ ਨਹੀਂ ਕਿੱਧਰ ਵੱਗ ਗਿਆ ਆ ਹੁਣ ਇੱਥੇ ਪੈੜਾਂ ਜਿਹੀਆਂ ਪਾਉਂਦਾ ਫਿਰਦਾ ਸੀਗਾ ਦੱਸ ਲੈ ਆ ਬਾਰ ਜਾ ਬੰਦ ਹੋਇਆ ਪਿਆ ਮੈਨੂੰ ਲੱਗਦਾ ਇੱਥੇ ਅੰਦਰ ਬੜਿਆ ਬੈਠਾ ਆ ਕਿੱਧਰ ਹੋ ਗਿਆ ਲੜਾਈ ਦਾ ਗੱਡਾ ਬੋਲਦਾ ਮੈਂ ਮੱਗਰ ਨੂੰ ਮਾਰਿਆ ਸੀ ਕਿੱਥੋਂ ਆ ਗਈ ਬੇ ਗੱਲ ਸੁਣ ਮੇਰੀ ਮਾੜਾ ਮੋਟਾ ਬਾਹਰ ਦੀ ਵਿੜਕ ਰੱਖ ਲਿਆ ਕਰ ਆ ਪਤਾ ਨਹੀਂ ਕੌਣ ਆ ਕਦੋਂ ਦਾ ਅਗਲਾ ਸੰਗ ਪਾੜੀ ਜਾਂਦਾ ਗਾ ਅੰਦਰੇ ਵੜ ਕੇ ਬਹਿ ਜਾਂਦਾ ਉੱਥੇ ਤੀਂਗੀ ਜਾਊਗਾ ਆਏ ਹਾਏ ਆ ਸੰਧਾਰਾ ਇੱਥੇ ਕੀ ਕਰਦਾ ਮੈਂ ਆਖਿਆ ਪਤਾ ਨਹੀਂ ਕਿਹੜਾ ਬਾਜਾ ਮਾਰੀ ਜਾਂਦਾ ਇਹਨੇ ਤਾਂ ਨਹੀਂ ਨਿਕਲਣਾ 3 ਘੰਟੇ ਮੈਨੂੰ ਹੀ ਪੁੱਛਣਾ ਪੈਣਾ ਵੀ ਕੀ ਕਹਿੰਦਾ ਗਾ ਹਾਂਜੀ ਤਾਇਆ ਜੀ ਕੀ ਕਹਿੰਦੇ ਸੀ ਉਹ ਭਾਈ ਜਵਾਖੋ ਮੈਂ ਤਾਂ ਕਹਿੰਦੀ ਮੱਗਰ ਕਿੱਥੇ ਆਪਣਾ ਲੈ ਇੱਧਰ ਹੀ ਉਜੜਿਆ ਜੀ ਕਿਤੇ ਉਹਦਾ ਕਿਹੜਾ ਘਰੇ ਪੈਰ ਲੱਗਦਾ ਮੈਨੂੰ ਐਂ ਲੱਗਦਾ ਪਿੱਪਾ ਥੱਲੇ ਹੋਣਾ ਚੱਲ ਕੋਈ ਨਾ ਭਾਈ ਫਿਰ ਮਿਲਣਾ ਕਿਤੇ ਆਉਂਦੇ ਜਾਂਦੇ ਮੈਂ ਤਾਂ ਭਾਈ ਖੇਤ ਗਿਆ ਸੀ ਮੈਂ ਸੋਚਿਆ ਚੱਲ ਜਾਂਦੇ ਜਾਂਦੇ ਦੋ ਗੱਲਾਂ ਹੀ ਕਰ ਲਾਂਗੇ ਉਹਦੇ ਨਾਲ ਚੱਲ ਕੋਈ ਨਹੀਂ ਲੈ ਦੇਖ ਲਾ ਕਿਵੇਂ ਉਹਨੂੰ ਮਿਲਣ ਵਾਸਤੇ ਇਹਦੀਆਂ ਬਾਹਾਂ ਆਕੜੀਆਂ ਹੋਈਆਂ ਨੇ ਵੀ ਸਾਰੀ ਦਿਹਾੜ ਤਾਂ ਧੱਕੇ ਖਾਣੇ ਦੋਨੇ ਜਾਣੇ ਇੱਥੇ ਹੈ ਦੇਖ ਲਾ ਚੱਲ ਕੋਈ ਨਹੀਂ ਪਤਾ ਨਹੀਂ ਇਹਨੇ ਤਾਏ ਨੇ ਕੀ ਕਰਾਉਣਾ ਗਾ ਨਾ ਇਹ ਕੱਟ ਨਾ ਉਹ ਕੱਟ ਇਹ ਦੇਖ ਲਾ ਹਜੇ ਤੱਕ ਨਹੀਂ ਬਾਹਰ ਨਿਕਲਿਆ ਬੇ ਸੁਣਦਾ ਨਹੀਂ ਬੇ ਹੁਣ ਅੰਦਰੇ ਜਵਾਰਾ ਪਾਏਗਾ ਨਿਕਲਿਆ ਬਾਹਰ ਪਹਿਲਾਂ ਤਾਂ ਖਾਣ ਤੇ ਜ਼ੋਰ ਦੇ ਦਿੰਦਾ ਮੁੜ ਕੇ ਹੱਗਣ ਤੇ ਜ਼ੋਰ ਦੇ ਦਿੰਦਾ ਦੇਖ ਮੈਂ 3 ਘੰਟੇ ਲਾ ਦਿੰਦਾ ਇੱਥੇ ਹੈ ਕਮਾਲ ਦੀ ਗੱਲ ਆ ਰਾਜੇ ਦੀ ਘੋੜੀ ਕਿਵੇਂ ਸੂ ਪਿਆ ਜਾ ਇਹ ਤਾਂ ਊਈ ਨਹੀਂ ਨੱਕ 'ਤੇ ਮੱਖੀ ਬੈਠਣ ਦਿੰਦੀ ਤੀ ਅੱਜ ਇਹਨੇ ਜੀ ਕਿਵੇਂ ਕਹਿ ਤਿਆ ਹੈ ਮੈਂ ਵੀ ਇਹੀ ਸੋਚਦਾ ਵੀ ਕਿਵੇਂ ਜੀ ਕਹਿਤਾ ਤੈਨੂੰ ਚੱਲ ਕਈ ਵਾਰੀ ਬੰਦਾ 100 ਤਰ੍ਹਾਂ ਦੇ ਮੂਡ 'ਚ ਹੁੰਦਾ ਆਪਾਂ ਨੇ ਕੀ ਲੈਣਾ ਨਾ ਕੋਈ ਕੰਮ ਦੀ ਫਿਕਰ ਨਾ ਕੋਈ ਧੰਦੇ ਦੀ ਫਿਕਰ ਸਾਰੀ ਦਿਹਾੜੀ ਇਸੇ ਕੰਮ ਦਾ ਅੱਗ ਲੱਗਿਆ ਰਹਿੰਦਾ ਇਹਨੂੰ ਦੱਸ ਫਿਰ ਕਹਿ ਦਿੰਦਾ ਬੋਲਦੀ ਆ ਵੀ ਬੋਲਣਾ ਤਾਂ ਹੋਰ ਕੀ ਕਰਾਂ ਹੈ ਬੇ ਮੰਗੇ ਅੰਦਰੇ ਵੜ ਕੇ ਬਹਿ ਗਿਆ ਬੇ ਨਿਕਲਿਆ ਬਾਹਰੇ ਵੀ ਰੋਣਾ ਕਿਹੜਾ ਟਾਈਮ ਹੋ ਗਿਆ ਨਾਲੇ ਤੇਰਾ ਤਾਇਆ ਨਹੀਂ ਹੈਗਾ ਘਰੇ ਇਹਨੇ ਉਹ ਆਜੂਗਾ ਜਾਨਾ ਜਾਨਾ ਬੀਬੀ ਮੈਂ ਬੇ ਖੜ ਖੜ ਮੜ ਜਾ ਮੇਰੀ ਗੱਲ ਸੁਣ ਐਂ ਕਰੀ 20,000 ਰੁਪਈਆ ਮੰਗ ਲਈ ਚੰਗਾ ਤੋਂ ਆੜਤੀਏ ਤੋਂ ਕਹਿੰਦੇ ਸਾਨੂੰ ਲੋੜ ਆ ਪੈਸਿਆਂ ਦੀ ਓ ਬੀਬੀ ਤੂੰ ਤਾਂ ਪੁੱਠੇ ਕੰਮਾਂ ਤੇ ਹੋ ਗਈ ਹੁਣ ਆ ਬਾਬਿਆਂ ਨੂੰ ਲੱਗ ਗਈ ਘਰ ਲਟਾਉਣ ਬੇ ਬਸ ਕਰ ਬੇ ਉਈ ਬੋਲੀ ਜਾਣਾ ਕੀ ਪਤਾ ਹੁੰਦਾ ਬਾਬਾ ਵੱਧ ਪੈਸੇ ਮੰਗ ਲੇ ਆਹੋ ਬਾਬਾ ਕਰੂਗਾ ਹੁਣ ਕਿਰਪਾ ਐਂ ਕਰ ਚਾਹ ਬਣਾ ਪਹਿਲਾਂ ਮੈਂ ਚਾਹ ਪੀ ਕੇ ਜਾਊਂ ਪਤਾ ਨਹੀਂ ਭਾਈ ਤੁਸੀਂ ਕੀ ਬੋਤੇ ਬੰਨ ਰੱਖੇ ਨੇ ਅੰਦਰ ਹੈ ਬਿੰਦੇ ਬਿੰਦੇ ਚਾਹ ਬਿੰਦੇ ਬਿੰਦੇ ਚਾਹ ਕੋਈ ਕੰਮ ਕਹਿੰਦੇ ਪਹਿਲਾਂ ਚਾਹ ਮੰਗਣਗੇ ਚੱਲ ਠੀਕ ਆ ਮੈਂ ਲਿਆਉਣੀ ਆ ਚਾਹ ਉਹ ਚਾਹ ਨਾਲੇ ਚੱਲਦੀ ਆ ਗੱਡੀ ਆ ਬੀਬੀ ਨੇ ਵੀ ਨਵਾਂ ਕੰਮ ਫੜ ਲਿਆ ਹੁਣ ਬਾਬਿਆਂ ਵਾਲਾ ਮੈਨੂੰ ਤਾਂ ਨਹੀਂ ਲੱਗਦਾ ਇਹ ਆਊ ਲੋਟ ਹੋਣਾ ਤਾਏ ਦੇ ਕੰਨੀ ਗੱਲ ਪਾਉਣੀ ਪਊ ਉਹੀ ਕਰੂ ਇਹਦਾ ਹਿੱਲਾ ਐਵੇਂ ਨਹੀਂ ਇਹ ਸੁਧਰਦੀ ਇੱਕ ਉਹ ਆ ਤੋਤਾ ਜਿਹਾ ਆ ਕੇ ਬਹਿ ਜਾਂਦੀ ਆ ਇੱਥੇ ਪੁੱਠੀਆਂ ਸਿੱਧੀਆਂ ਲਾਈ ਜਾਂਦੀ ਆ 20 ਵਾਰੀ ਕਿਹਾ ਵੀ ਅੱਗ ਲਾ ਦਿਆ ਕਰ ਚਾਹ 'ਚ ਮਾੜਾ ਜਿਹਾ ਨੂਣ ਪਾ ਦਿਆ ਕਰ ਹੈ ਆਹ ਕੁਰਕਰੀ ਦੱਬ ਜਾਂਦੀ ਆ ਗਲਾ ਮਾੜਾ ਜਿਹਾ ਸਾਫ਼ ਹੋ ਜਾਂਦਾ ਉਹਦੇ ਨਾਲ ਪਤਾ ਨਹੀਂ ਕਿਉਂ ਨਹੀਂ ਮੰਨਦੀ ਹੈਗੀ ਗੱਲ ਕਿਸੇ ਦੀ ਦੱਸ ਹੈ ਆਪਦੇ ਹੋਵੇ ਉਹਦੀ ਜਰਕਦੇ ਨੇ ਕੁਛ ਨਾ ਕੁਛ ਕਰ ਲੂਗੀ ਆਹ ਡਾਕਟਰ ਨੇ ਕਿਹਾ ਸੀ ਮੈਨੂੰ ਬਾਪੂ ਕਹਿੰਦੇ ਗਰਾਰਾ ਹੀ ਕਰ ਲਈ ਮਾੜੇ ਜਿਹੇ ਫਿਰ ਠੀਕ ਹੋ ਜੂਗਾ ਤੇਰਾ ਨੀ ਕਿਵੇਂ ਖੌਰੂ ਜਿਹਾ ਪਾ ਰੱਖਿਆ ਤੀ ਬਾਹਰ ਕੌਣ ਆਇਆ ਤੀ ਤੇਰਾ ਖਸਮ ਸੀ ਨੀ ਕਿਹੜਾ ਖਸਮ ਆ ਜਵਾੜੇ ਕੁੱਟਣ ਯੋਗ ਆ ਜਵਾੜੇ ਕੁੱਟਣ ਯੋਗ ਆ
ਵੇ ਹੋਰ ਤਾਂ ਤੇਰੇ ਕੋਲ ਕੋਈ ਕੰਮ ਹੈ ਨੀਗਾ। ਜਦੋਂ ਬੋਲਦਾ ਮੈਂ ਜਵਾੜੇ ਕੁੱਟ ਦੂੰ, ਜਦੋਂ ਬੋਲਦਾ ਮੈਂ ਡਾਂਗ ਚੱਕ ਲੂੰ। ਵੇ ਇੰਨਾ ਬੋਲਣ ਨਾਲ ਨਾ ਕੋਈ ਕੰਮ ਕਰ ਲਿਆ ਕਰ, ਨਾ ਸੁਣਿਆ ਕਰ ਗਾਲਾਂ ਇੰਨੀਆਂ, ਸਾਰੀ ਦਿਹਾੜੀ ਭੌਂਕਦਾ ਉਹਦੇ ਨਾਲ। ਨਾ ਤੈਨੂੰ ਤਾਂ ਬੜੇ ਕੰਮ ਨੇ, ਇੱਕ ਦੇ ਆ ਗਈ ਇੱਕ ਦੇ ਪਾ ਗਈ, ਹੋਰ ਕੰਮ ਹੈਗਾ ਤੈਨੂੰ ਕੋਈ? ਵੇ ਬਹਿ ਜਾ ਚੁੱਪ ਕਰਕੇ, ਤੇਰੇ ਵਾਂਗੂ ਨੀ ਹੈਗਾ ਵੀ ਅੰਦਰ ਵੜ ਗਈ ਤੇ 3 ਘੰਟੇ ਨਿਕਲਦੀ ਨੀ। ਵੇ ਪਤਾ ਨੀ ਤੂੰ ਧਰਮ ਨਾਲ ਇਹ ਜਿਹਾ ਕੀ ਤੂੰ ਖਾਨਾ, ਪਤਾ ਨੀ ਤੇਰੇ ਅੰਦਰ ਕੀ ਵਾਧਾ ਗਾ, ਪਤਾ ਨੀ ਇਹ ਜਿਹਾ ਕਿਹੜਾ ਤੂੰ ਪੱਥਰ ਖਾਨਾ ਜਿਹੜਾ ਅੰਦਰ ਵੜ ਜਾਂਦਾ ਕਰੀ ਜਾਂਦਾ ਰਹਿਣਾ। ਨੀ ਮੇਰੀ ਗੱਲ ਸੁਣ ਲਾ, ਚਾਹੇ ਮੈਂ ਪੱਥਰ ਖਾਵਾਂ ਚਾਹੇ ਮੈਂ ਇੱਟਾਂ ਖਾਵਾਂ, ਨਾ ਤੈਨੂੰ ਬਿੱਲ ਆਉਂਦਾ ਇਹਦਾ? ਵੇ ਬਿੱਲ ਤਾਂ ਨੀ ਆਉਂਦਾ, ਪਰ ਮੈਨੂੰ ਇੰਨਾ ਪਤਾ ਵੀ 4 ਘਰਾਂ ਨੂੰ ਪਤਾ ਲੱਗ ਜਾਂਦਾ ਵੀ ਮੱਗਰ ਨਿਕਲਿਆ ਅੰਦਰੋਂ। ਬਸ ਕਰ ਹੋਰ, ਮੈਂ ਤਾਂ ਛਤਰੋਲ ਕਰਾਏਂਗੀ ਉਰੇ। ਆਹੋ ਕਾਹਨੂੰ, ਮੈਂ ਬਾਲਟੀ ਮਾਰੂ ਚੱਕ ਕੇ। ਗੱਲਾਂ ਕਰਦਾ ਗਾ, ਤੜਕੇ ਦਾ ਬੜਿਆ ਹੁਣ ਤੱਕ ਨਿਕਲਿਆ ਨੀ ਵੀ ਮਾੜੀ ਮੋਟੀ ਤਾਂ ਭਿੜਕ ਰੱਖ ਲਿਆ, ਫੇਰ ਕਹਿੰਦੇ ਨੇ ਬੋਲਦੀ ਆ, ਉਹਨੂੰ ਬੋਲਣਾ ਤਾਂ ਹੋਰ ਕੀ ਕਰਾਂ, ਵੇਖ ਲਾ ਬਾਹਾਂ ਅਕੜੀਆਂ ਪਈਆਂ ਉਹਦੀਆਂ। ਨੀ ਬੀਬੀਏ ਲਿਆ ਜਾ ਹੁਣ, ਮੈਂ ਵੀ ਜਾਣਾ ਹੈ। ਖੜਕਾ ਜਾ ਕੀ ਹੋਰ, ਆ ਕੀ ਹੋਏ? ਐਂ ਜੀ ਕਰਦਾ ਕਿ ਨਾ ਟੈਂਕੀ ਜੇ ਛੱਡਦਾ 2 ਥੈਲੀਆਂ ਨੂਣ ਦੀਆਂ, ਵੀ ਭੋਰਾ ਗਾਲ ਦਿਆ ਕਰੋ ਚਾਹ ਚ ਦੱਸ, ਹੈਂ ਮਾੜਾ ਜਿਹਾ ਹਲਕ ਲੋਟ ਹੋ ਜਾਂਦਾ। ਨੀ ਬੀਬੀਏ ਬੀਬੀਏ ਬੇ ਆਉਣੀ ਆ ਕੀ ਗੋਲਾ ਲੱਗਿਆ? ਗੋਲਾ ਨੀ, ਉਹ ਦੇਖ ਬੰਬ ਪੂ, ਮੈਂ ਮਰ ਜਾ ਬੇ, ਮਸਾ ਤਾਂ ਇਹ ਉੱਜੜਿਆ ਸੀਗਾ, ਫੇਰਾ ਬੜਿਆ ਕਰੇ, ਇਹਦਾ ਕਾਹਨੂੰ ਬਾਰੇ ਜੀ ਲੱਗਦਾ। ਗੱਲ ਸੱਚੀ ਆ ਪੁੱਤ ਤੇਰੀ, ਕੀੜੇ ਵਾਲੇ ਕੁੱਤੇ ਵਾਂਗੂ ਨਾ ਉਰੀ ਗੇੜੇ ਦੇਈ ਜਾਂਦਾ, ਇਹਨੇ ਵੀ ਸਵਾਦ ਪੈ ਰਿਹਾ ਤੀਵੀਆਂ ਨੇ ਗੱਲਾਂ ਸੁਣਨ ਦਾ। ਦੇਖਾਂ ਵਾਲੇ ਜਾ ਕਿੱਧਰ ਨੇ ਉਹ ਮੁੰਡਿਆ, ਉਹ ਮੰਗੇ ਨੀ ਲਾ ਜਾ, ਕਿੱਧਰ ਮਰ ਗਏ, ਕੋਈ ਵੀ ਨੀ ਬੋਲਦਾ ਹੈਗਾ, ਹੈਂ ਕਿਹੜੇ ਪਤਾਲ ਚ ਉਤਰ ਗਏ ਤੁਸੀਂ? ਦੱਸ ਬਾਹਰ ਦਾ ਬੋਲ ਪੋ ਵੀ, ਬਾਹਰ ਬੋਲ ਲੱਗ ਰਿਹਾ ਮਾਰਨ, ਕੋਈ ਗੱਲਾਂ ਕੋਈ ਹੈ? ਬੇ ਪੁੱਤ ਵੀ ਉਹ ਲੱਗ ਰਿਹਾ ਵੀ ਬੋਲ ਮਾਰਨ, ਪਤਾ ਨੀ ਕੀ ਖਾਰ ਕਿਆ ਗਾ, ਦੇਖ ਲਾ ਕਿਵੇਂ ਰੁਕੇ ਲੱਗ ਰਿਹਾ ਮਾਰਨ, ਸੁਣ ਲਾ ਪੁੱਤ ਕੀ ਕਹਿੰਦਾ ਗਾ, ਨਹੀਂ ਉਹਨੇ ਨੀ ਹਟਣਾ ਰੁਕੇ ਮਾਰਨੋ। ਓ ਹਾਂ ਤਾਇਆ ਕੀ ਕਹਿਣਾ, ਆ ਬੈਠੇ ਆ ਇੱਧਰ, ਉਹ ਦੇਖ ਲਾ ਉਹ ਬੈਠੇ ਨੇ ਸਾਹਮਣੇ ਗੇਟ ਦੇ ਓਲੇ, ਹੈਂ ਸੁਣਦੇ ਨੀ ਹੈਗੇ, ਐ ਨੀ ਵੀ ਤਾਇਆ ਲੱਗ ਰਿਹਾ ਬੋਲ ਮਾਰਨ ਕਰਦਾ, ਹਲਕ ਪੜਾਉਣ ਲੱਗ ਰਿਹਾ। ਉਹ ਮੁੰਡਿਆ ਤੇਰੀ ਮਾਂ ਨੂੰ ਕਹਿ ਦੇ ਮਾੜਾ ਜਿਹਾ ਓਏ ਲਾਪਸੀ ਕਰਕੇ ਦੇਵੇ, ਆਪਣੇ ਖੇਤ ਕੁੱਤੀ ਸੂਰੀ ਆ ਪੁੰਨ ਹੁੰਦਾ, ਕਹਿ ਇਹਨੂੰ ਮਾੜਾ ਜਿਹਾ ਕਰ ਦੂ ਦਮ ਦੇ ਕੇ, ਕਹਿ ਦੇ ਮੇਰੇ ਨੀ ਅੱਖੀ ਲੱਗਦੀ ਹੈਗੀ ਇਹ, ਹੋਰ ਐਮੀ ਕਹਾਊਗੀ ਮੈਂ ਤੋਂ ਗੁੱਸਾ ਨਾ ਭਾਲਦਾ, ਉਰੇ ਲਾਪਸੀ ਨਾ ਪੰਜੀਰੀ ਨਾ ਰਲਾ ਕੇ ਦੇ ਦਾਂ, ਆਇਆ ਵੱਡਾ ਦਾਨੀ ਸੱਜਣ, ਨਾ ਤੂੰ 2 ਰੋਟੀਆਂ ਨੂੰ ਲੱਸੀ ਚੂਰ ਕੇ ਖਵਾ ਦੇ। ਨੀ ਤੈਂ ਤਾਂ ਕਹਿਤਾ ਚੌੜੀ ਹੋ ਕੇ ਪੰਜੀਰੀ ਰਲਾ ਕੇ ਦੇਵਾਂ, ਹੈ ਬੌਲੀਏ ਪੁੰਨ ਹੁੰਦਾ ਜਾਨਵਰਾਂ ਦਾ, ਦੱਸ ਅਣਬੋਲ ਧਨ ਨੇ ਉਹ, ਹੈ ਫਿਰ ਕੀ ਹੁੰਦਾ ਜੇ ਪੂਰਾ ਕਰਕੇ ਦੇ ਦੇਗੀ ਤੂੰ, ਉਈ ਭੌਂਕੀ ਜਾਣੀ ਆ ਕੁੱਤਿਆਂ ਵਾਂਗੂ, ਕੱਲਾ ਕੋਈ ਹੈ? ਨੀ ਬੀਬੀਏ ਬਣਾ ਦੇ ਤੂੰ ਲਾਪਸੀ, ਕਾਹਨੂੰ ਉਹਨੂੰ ਛੇੜਦੀ ਆ, ਉਹ ਤਾਂ ਗਹੀਂ ਗਾਹਾਂ ਵਧੀ ਜਾਊਗਾ। ਵੀ ਭਾਈ ਤਹੀਂ ਚਮਲਾ ਰੱਖਿਆ ਗਾ ਇਹ, ਠੀਕ ਆ ਜਿਹੜਾ ਇਹਦੀਆਂ ਡਿਮਾਂਡਾਂ ਪੂਰੀਆਂ ਕਰੀ ਜਾਂਦਾ ਤੂੰ। ਲੈ ਗੱਲਾਂ ਦੇਖ ਲਾ, ਦੇਖੀ ਕੀ ਕਰਦੀ ਆ, ਨਾ ਮੈਨੂੰ ਐਂ ਦੱਸ ਚਮਲਾ ਹੁਣ ਨੂੰ ਮੈਂ ਕੋਈ ਚੁੰਗੜ ਜਵਾਕ ਹਾਂ ਵੀ ਤਾਂ ਚਮਲਾ ਰੱਖਿਆ, ਹੈ ਤੇਰੇ ਕੋਲੋਂ ਜਮੀ ਕਮਾਲ ਹੋਈ ਪਈ ਆ, ਜਮੀ ਹੱਦੇ ਕਰਕੇ ਤਾਂ ਆ, ਗੱਲਾਂ ਕੋਈ ਹੈ? ਵੀ ਮੈਥੋਂ ਨੀ ਤੇਰੇ ਨਾਲ ਜੁਲੇ ਜਾਂਦਾ, ਹੱਥ ਬਣਾ ਲਾ ਮੈਥੋਂ, ਠੀਕ ਆ ਭੌਂਕੀ ਜਾ ਭੌਂਕੀ ਜਾ ਇੱਥੇ ਖੜਿਆ। ਬੇ ਮੰਗੇ ਕਰਦੇ ਪੁੱਤ ਮੈਂ ਲਾਪਸੀ, ਪਰ ਰਾਂਦ ਕੱਟ ਜੂਗੀ ਇਹਦੀ, ਠੀਕ ਆ ਨਾਲੇ ਤੂੰ ਐਂ ਕਰ ਜਾਂ ਭੱਜ ਕੇ ਤੂੰ ਵੀ ਜਾਇਆ ਛੇਤੀ ਫੜ ਲਿਆ ਪੈਸੇ। ਜਾਨਾ ਮਾਇਆ 2 ਘੁੱਟਾਂ ਜ਼ਿਆਦੀਆਂ ਰਹਿ ਗਈਆਂ, ਹੋਰ ਇਹਦੀ ਰਾਂਦ ਕੱਟ ਜੂਗੀ, ਇਹਨੂੰ ਟਾਲਦੀ ਐਵੇਂ ਕਿਸੇ ਪਾਸੇ। ਕੋਈ ਨਾ ਆਹੋ, ਕੋਈ ਨਾ ਤਾਇਆ ਬਣਾਉਂਦੇ ਆ, ਬਹਿ ਜਾ ਤੂੰ, ਉਈ ਨੀ ਭਖਿਆ ਕਰਦੇ ਇੰਨਾ, ਨਾ ਇੱਥੇ ਆਓ ਤਾਂ, ਹੈਂ ਨਾਲ ਤਾਂ ਸਾਰੇ ਉਹ ਕਰ ਦਿਓ, ਨਾਲੇ ਕਰ ਦਿਓ ਮਿਗਣਾ ਘੋਲ ਕੇ, ਥੋੜੀ ਦੋਵਾਂ ਦੀ ਕਿਰਾਇਆ ਮੈਨੂੰ ਸਾਰਾ ਪਤਾ, ਤੁਹਾਨੂੰ ਐਂ ਆ ਵੀ ਤਾਇਆ ਤਾਂ ਉਈ ਭੌਂਕੀ ਜਾਂਦਾ ਭੌਂਕੀ ਜਾਣ ਦੇ, ਹੈਂ ਦੱਸ ਗੱਲਾਂ ਕੋਈ ਇਹ? ਤੁਸੀਂ ਭੋਰਾ ਕਰ ਦਿਓ ਦੱਸ, ਹੈਂ ਪੁੰਨ ਹੁੰਦਾ ਕਦੂਰਿਆਂ ਦਾ, ਜ਼ਮੀਨ ਨਹੀਂ ਸਮਝਦੇ ਹੈਗੇ, ਊਂ ਆਪ ਮਿਲਾ ਸਾਰਾ ਦਿਨ ਕਰਕੇ ਖਾਈ ਜਾਣਾ, ਪਰ ਮੇਰੇ ਕਹੇ ਤੋਂ ਨਹੀਂ ਕਰਨੀ ਹੈਗੀ, ਹੈਂ ਉਹ ਗੱਲ ਹੋ ਗਈ ਇਹ ਤਾਂ। ਉਹ ਕਰਦਿਆਂ ਤੈਨੂੰ ਗਿਆ, ਬਹਿ ਜਾ ਊਂ ਬੁੜਕੀ ਜਾਂਦਾ ਯਾਰ ਤੂੰ, ਬਣਾ ਗੱਲ ਤੂੰ। ਉਹ ਬੁੜਕਣ ਵਾਲੀ ਗੱਲ ਨਹੀਂ ਹੈਗੀ ਮੱਲ, ਤੁਸੀਂ ਤਾਂ ਮੈਨੂੰ ਭਲੇ ਮਾਸਾ ਟਿੱਚ ਕਰਕੇ ਨਹੀਂ ਜਾਣਦੇ, ਜੇ ਇੰਨੀ ਕੁ ਨਾ ਕਰਾਂ ਮੈਂ, ਤੁਸੀਂ ਕਦ ਲੋਟ ਰਹੇ ਹੋ? ਮੈਂ ਆਪ ਹੀ ਕੰਮ ਨਿਬੜ ਗਿਆ, ਕੁਰੇ ਬੈੜੀਆਂ ਤਾਰਾਂ ਚੱਲ ਆ ਲੱਗਿਆ ਪਿਆ ਟੱਕਰਾਂ ਮਾਰਨ ਕਦੋਂ ਦਾ, ਆ ਸੁਣਦਾ ਨੀ। ਮੈਂ ਤੈਨੂੰ ਕਿੰਨੀ ਵਾਰ ਆਖਿਆ ਵੀ ਖੇਤੋਂ ਨਾ ਲਿਆ ਕੇ ਮੋੜੀਆਂ ਜੀ ਇੱਥੇ ਰੱਖ ਦੇ, ਕੋਈ ਪਸ਼ੂ ਢਾਡਾ ਨਹੀਂ ਵੜਦਾ ਬਾੜੇ ਚ। ਓਏ ਆ ਵੀ ਠੀਕ ਆ ਹੁਣ ਜਿਹੜਾ ਕਰਤਾ ਮੈਂ, ਵੇ ਇਹਦੇ ਵਿੱਚ ਦੀ ਤਾਂ ਮੈਟ ਚ ਟੱਪ ਜਾਣਾ ਤੇ ਸਾਰੀਆਂ ਪਾਥੀਆਂ ਢਾ ਦੇਣੀਆਂ ਨੇ ਆ ਕੇ ਉਹਨਾਂ ਨੇ। ਕੋਈ ਨਹੀਂ ਜਦੋਂ ਢਾਉਣਗੇ ਫਿਰ ਦੇਖ ਲੂੰਗਾ। ਵੀ ਤੂੰ ਐਂ ਕਰ ਇਹਨੂੰ ਛੱਡ, ਅੱਛਾ ਇਹਦੇ ਦੇਹ ਬਣੇ ਮੇ ਜਦੋਂ ਇੱਥੇ, ਹਾਂ ਇਹ ਆ ਚੱਕ ਕਹਾੜੀ ਤੇ ਦਬਾ ਦਬ ਨਾ ਮੈਨੂੰ 2-4 ਲੱਕੜਾਂ ਪਾੜ ਦੇ, ਮੈਂ ਸਾਗ ਧਰ ਲਾਂ।
ਲੱਕੜਾਂ ਹੁਣ ਤਾਂ ਤੂੰ ਚਿੱਬੜ ਚੱਕੀ ਫਿਰਦੀ ਸੀ ਹੁਣ ਸਾਹ ਕਿੱਥੋਂ ਆ ਗਿਆ ਭਾਈ ਜਿੱਧਰੋਂ ਮਰਜ਼ੀ ਆਇਆ ਹੋਵੇ ਬਾੜੀਆਂ ਗੱਲਾਂ ਨਾ ਕਰ ਦਬਾ ਦਬ ਮੈਨੂੰ ਖਲਪਾੜਾਂ ਕਰਕੇ ਦੇ ਤੇ ਮੈਂ ਸਾਗ ਧਰਾਂ ਮੁੜ ਕੇ ਗਵੇਲਾ ਹੋ ਜਾਊਗਾ ਤੂੰ ਜਾ ਮੈਂ ਲਿਆਉਣਾ ਤੂੰ ਆਹੋ ਤੇ ਕਿਤੇ ਆਏ ਨਾ ਹੋਵੇ ਵੀ ਉਹ ਕੰਤਰਾਂ ਜੀਆਂ ਕਰ ਲਿਆ ਮੈਂ ਨਿੱਕੀਆਂ ਨਿੱਕੀਆਂ ਡੱਕੇ ਜੇ ਮੋਟੀਆਂ ਮੋਟੀਆਂ ਪਾੜ ਲਈ ਸਾਗ ਥੱਲੇ ਤਾਂ ਸੇਕਾ ਚਾਹੀਦਾ ਫਿਰ ਆਪੇ ਪਾੜ ਲਾ ਮੈਨੂੰ ਕਾਹਨੂੰ ਕਹਿਨੀ ਆ ਬੇ ਮੈਂ ਸਾਰਾ ਜਾਣਦੀ ਆ ਤੂੰ ਨਾ ਬਹਾਨੇ ਭਾੜਦਾ ਲੜਾਈ ਦੇ ਸਾਰੀ ਦਿਹਾੜੀ ਆਡਾ ਲਾਉਣ ਨੂੰ ਤਿਆਰ ਹੀ ਰਹਿਣਾ ਬਾਗ ਜਾ ਬੇ ਛੇਤੀ ਆ ਜੀ ਕਿਤੇ ਹੁਣ ਆਏ ਨਾ ਰੱਸੀ ਵਾਂਗੂ ਇੱਥੇ ਲਮਕੀ ਜਾਈ ਉਹ ਕੋਈ ਨਹੀਂ ਹੋਰ ਆ ਜਾ ਤਾ ਬਤਾ ਇੱਕ ਤਾਂ ਮਾਂ ਦੀ ਧੀ ਨੇ ਲਹੂ ਪੀ ਰੱਖਿਆ ਸਾਰਾ ਦਿਨ ਸਿੰਗ ਮਿੱਟੀ ਚੱਕੀ ਰੱਖਦੀ ਆ ਜੀ ਕਰਦਾ ਪਹਿਲਾਂ ਏਸੇ ਦੇ ਕਰਾਂ ਦੋ ਖਲਪਾੜਾਂ ਬਾਕੀ ਕੰਮ ਦਾ ਬਾਅਦ 'ਚ ਕਰੂੰ ਮੈਂ ਲੈ ਦੇਖਾਂ ਜੇ ਕੁਛ ਮਿਲੂ ਉਰੋਂ ਲਿਆ ਹੀ ਕੱਢ ਲੈ ਇੱਕ ਤਾਂ ਨਹੀਂ ਐਵੇਂ ਕੋਈ ਹੋਰ ਚੱਕ ਕੇ ਜਾਊ ਇਹਨੂੰ ਲੈ ਆ ਵੀ ਠੀਕ ਆ ਓਏ ਐਨ ਸੈੱਟ ਆਊ ਜਮੀ ਮੈਂ ਕਹਿੰਦਾ ਹੀ ਲਾ ਦਿਉ ਇਹਨੂੰ ਚੱਲ ਫੇਰ ਭੌਂਕੂ ਜਾਂਦਿਆਂ ਨੂੰ ਮਾਰੇ ਦੋ ਕਹਾੜੇ ਹੋਰ ਕੀ ਆ ਚੱਕ ਫਿਰ ਚੱਲ ਠੀਕ ਆ ਹੁਣ ਤਾਂ ਲੈ ਜਾ ਮਾਂ ਇਹਦਾ ਸੁੱਤਾ ਪਿਆ ਇਹਨੂੰ ਕੀ ਪੁੱਛਣਾ ਲੰਘ ਲਾ ਉਹ ਮੁੰਡਾ ਤਾਂ ਕਿੱਧਰ ਮੂੰਹ ਚੱਕਿਆ ਹੋਵੇ ਹੈਂ ਤੁਰਕੇ ਹੀ ਵਗ ਜਾ ਕਰਕੇ ਇਹ ਟਾਈਮ ਆ ਸਾਰਾ ਦਿਨ ਇਹ ਤੋਂ ਬਿਨਾਂ ਨਹੀਂ ਪੈਰ ਲਾਉਂਦੇ ਦੱਸ ਗੱਲ ਆ ਵੀ ਮੇਰਾ ਉਹ ਤਾਇਆ ਤੂੰ ਹੀ ਟੋਕ ਦਿੰਦਾ ਜਾਂਦੇ ਬੰਦੇ ਨੂੰ ਨਾ ਟੋਕਣ ਨੂੰ ਕੀ ਕੰਜਰਾ ਤੂੰ ਨੰਦ ਲੈਣ ਜਾਂਦਾ ਕਿਤੇ ਮੈਨੂੰ ਐਂ ਦੱਸ ਪਹਿਲਾਂ ਹੈਂ ਕਹਿੰਦਾ ਟੋਕਦਾ ਕਹਿੰਦਾ ਜੇ ਕੰਮ ਦੀ ਗੱਲ ਕਹਿੰਦਾ ਫਿਰ ਟੋਕਦਾ ਹੋ ਜਾਂਦਾ ਲਫੜਾਵਾਂ ਕੱਟਾ ਰਹਿੰਦਾ ਨੀ ਮੈਂ ਮਰ ਜਾ ਲੈ ਦੇਖ ਲਾ ਉਹ ਕੀ ਰੱਖਿਆ ਮੁੰਡਾ ਬੇ ਵਗ ਜਾ ਵੀਰ ਮੁੜ ਕੇ ਵੀ ਆਵੇਂਗਾ ਫੇਰ ਜਾਣਾ ਬੀਬੀ ਬਸ ਮੈਂ ਜਾ ਰਿਹਾ ਨਾ ਮੈਨੂੰ ਐਂ ਦੱਸੋ ਏ ਮਾਂ ਬਾਈ ਦਾ ਭੱਜ ਕੇ ਕਹਿੰਦਾ ਜਾ ਰਿਹਾ ਬੀਬੀ ਜਾ ਰਿਹਾ ਹੈ ਇੱਧਰ ਮਾਸੜ ਨੂੰ ਤਾਂ ਦੱਸੀ ਨਹੀਂ ਵੀ ਮੈਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਹੈ ਉਹ ਤਾਇਆ ਜਾਣਾ ਕਿੱਥੇ ਮੈਂ ਤਾਂ ਮਾੜਾ ਟਰਾਲੇ ਕੋਲ ਜਾਣਾ ਸੀ ਉਹਦਾ ਕੰਮ ਕਰਾ ਰਿਹਾ ਬੇ ਵਗ ਜਾਣ ਦੇ ਮੁੰਡੇ ਨੂੰ ਹੈ ਫੇਰ ਕਰਨੀ ਜਿਹੜੀ ਗੱਲ ਕਰਨੀ ਆ ਕਿਵੇਂ ਕੈਂਚੀ ਲਾਈ ਖੜਿਆ ਮੁੰਡੇ ਨੂੰ ਨਾ ਕੈਂਚੀ ਲਾਉਣ ਨੂੰ ਕੀ ਮੈਂ ਤੇ ਸੰਗਲ ਪਾਇਆ ਹੈ ਮੇਰੀ ਤਾਂ ਨਾ ਤੂੰ ਮੰਨੇ ਨਾ ਇਹ ਮੰਨੇ ਮੈਂ ਤਾਂ ਕੁੱਤੇ ਵਾਲੀ ਭਕਾਈ ਆ ਮਾਰੀ ਜਾਣਾ ਮੈਂ ਹਾਂ ਵਗ ਜਾ ਪੁੱਤ ਵਗ ਜਾ ਤਾਂ ਇਹੀ ਬੋਲੀ ਜਾਂਦਾ ਲੈ ਫੜਾ ਲਾਪਸੀ ਨਾ ਲਾਪਸੀ ਹੈਗੇ ਭਾਂਡੇ 'ਚ ਨਹੀਂ ਪਾਏਗੀ ਅੱਗ ਲੱਗ ਰਹੀ ਹੈ ਭਾਂਡੇ ਛੋੜੇ ਨੂੰ ਐਂ ਦੱਸ ਪਹਿਲਾਂ ਮੈਨੂੰ ਅੱਗੇ ਲਾਵੇਂਗਾ ਹੋਰ ਕੀ ਕੋਈ ਭਾਦਰਦਾਰੀ ਕਰੇਗਾ ਤੂੰ ਹੈ ਜਿਹੜੇ ਭਾਂਡੇ ਹੁੰਦੇ ਨੇ ਖੇਤ ਡਿੱਗਦੇ ਨਾਲ ਜਾ ਕੇ ਮੋੜ ਕੇ ਲਿਆਉਂਦਾ ਕੋਈ ਭਾਂਡਾ ਆਹੋ ਤੂੰ ਆ ਗਈ ਭਾਂਡੇ ਵਾਲੀ ਹੈ ਨਾ ਮੈਨੂੰ ਐਂ ਦੱਸ ਮੈਂ ਕੀ ਭਾਂਡੇ ਨੂੰ ਖਾਣਾ ਉੱਥੇ ਖੇਤ ਪੈਂਦੇ ਚੱਕ ਰਹੇ ਕੋਈ ਨਾ ਨਹੀਂ ਯਾਦ ਰਹੇ ਮੇਰੇ ਗੱਲਾਂ ਕੋਈ ਇਹ ਹੈ ਤੇਰਾ ਕੀ ਤਵਾਰ ਆ ਖਾ ਜੇ ਤੂੰ ਹਲਕਿਆ ਹੋਇਆ ਤਾਂ ਹੈਗਾ ਤੂੰ ਨਾ ਤੁਸੀਂ ਰਹੋ ਬਚ ਕੇ ਹਲਕੇ ਹੋਏ ਤੂੰ ਸੋਡੇ ਨਾ ਕਿਤੇ ਮੈਂ ਬੁੜਕਾ ਵੜ ਲਾਂ ਹਾਂ ਬੇਸ ਤਾਂ ਬਚੇ ਹੋਏ ਆ ਲੈ ਫੜ ਉੜ ਜਾ ਹਾਂ ਮਾਰਦੀਆਂ ਗੱਲਾਂ ਨੀ ਮੈਂ ਮਰ ਜਾ ਕਿੰਨਾ ਬੋਲਦਾ ਇਹ ਬੰਦਾ ਕੋਈ ਨਾ ਬੱਚੂ ਮਾਰ ਲਾ ਜਿਹੜੀਆਂ ਸਾਲਾਂ ਮਾਰਨੀਆਂ ਨੇ ਤੇਰਾ ਤਾਂ ਮੈਂ ਮੂੜਾ ਮੜ ਕੇ ਹਟੂੰਗੀ ਹੁਣ ਹਟਦੀ ਮੈਂ ਨਹੀਂ ਕੋਈ ਨਾ ਮਾਰ ਲਾ ਟਬੂਸੀਆਂ ਡੱਡੂਆਂ ਜਾਂ ਟਬੂਸੀਆਂ ਨੇ ਤੇਰੀਆਂ ਜੇ ਨਾ ਤੂੰ ਹਟਾਇਆ ਟਬੂਸੀਆਂ ਮਾਰਨਾ ਤੂੰ ਵੀ ਮੈਨੂੰ ਕੀ ਜਾਣੇਗਾ ਪੰਜਣਾ ਨੂੰ ਰੋਣਾ ਪੈਂਦਾ ਕੰਮ ਨੂੰ ਕਹਦੇ ਬਸ ਹੈ ਊਂ ਅੱਠਾਂ ਜਿੰਨੇ ਨੇ ਬਸ ਸਾਰਾ ਦਿਨ ਹਾ ਹਾ ਹੀ ਹਾ ਹਾ ਹੀ ਇਦੂ ਬਿਨਾ ਕੋਈ ਗੱਲ ਨਹੀਂ ਹੈਗੀ ਨਾਲ ਹਾਂ ਹੈ ਮੈਂ ਕਹਿੰਦਾ ਮੱਗਰ ਦੇ ਕਲੇਸ਼ ਪੈ ਰਿਹਾ ਉਹ ਪੂਰਾ ਉਹ ਚੱਲ ਕੀ ਮੰਗਦਾ ਭਗਤਾ ਉਹਦਾ ਫੇਰ ਮਿਲਾਂਗੇ ਇਹਦਾ ਘਰ ਘਰ ਇਹੀ ਹਾਲ ਆ ਹੈ ਹੋਰ ਤਾਂ ਇਹਨਾਂ ਨੂੰ ਤੀ ਮੈਨੂੰ ਕੰਮ ਨਹੀਂ ਹੈਗਾ ਕੋਈ ਸਾਰਾ ਦਿਨ ਬੰਦਿਆਂ ਨੂੰ ਸੂਲੀ ਟੰਗੀ ਰੱਖਣਗੀਆਂ ਕਿਸੇ ਟਾਈਮ ਵਿਹਲਾ ਨਹੀਂ ਬੈਠਣ ਦਿੰਦੀਆਂ ਹੈ ਐਂ ਨਹੀਂ ਦੇਖਦੇ ਵੀ ਖੇਤੋਂ ਅੱਕੇ ਅੱਕੇ ਹੁੰਦੇ ਨੇ ਵੀ ਅਸੀਂ ਇਹਨਾਂ ਨੇ ਪੰਗੇ ਲੈਂਦੀ ਹਾਂ ਗੱਲਾਂ ਕੋਈ ਦੱਸ ਕਿਸੇ ਟਾਈਮ ਬੰਦਾ ਦਾਂਬੀ ਮਾਰ ਲੈਂਦਾ ਜੇ ਰਾਜ ਮੇਰੇ ਹੱਥ ਥੱਲੇ ਆ ਜੇ ਨਾ ਲੱਜ ਤੇ ਆ ਜੇ ਇਹਨੂੰ ਕਰੂੰ ਹੁਣ ਗੁਣੀਆਂ 'ਚ ਊਂ ਤਾਂ ਨਹੀਂ ਇਹ ਲੋਟ ਆਉਂਦੀ ਹੈਗੀ ਹੈ ਲੈ ਮੈਨੂੰ ਲੱਗਦਾ ਮੁੰਡਾ ਪੈਸੇ ਲੈਣ ਗਿਆ ਹੋਣਾ ਸਕੂਟਰੀ 'ਤੇ ਗਿਆ ਮੈਨੂੰ ਤਾਂ ਲੱਗਦਾ ਮੇਰੇ ਵਾਲਾ ਜਾਦੂ ਕੰਮ ਕਰ ਗਿਆ ਹੁਣ ਆਊਗਾ ਨਜ਼ਾਰਾ ਪੈਸੇ ਪੈਸੇ ਇਹ ਤਾਂ ਕੰਮ ਵਧੀਆ ਲੋਟ ਹੈਗਾ ਮੈਂ ਤਾਂ ਗੌਰੇ ਨਹੀਂ ਕਰੀ ਹੈਗੀ ਬਾਬਾ ਤਾਂ ਮੈਨੂੰ ਕਿੱਦੇ ਦਾ ਕਹਿੰਦਾ ਸੀ ਵੀ ਭਾਈ ਤੂੰ ਦੇਖ ਲੈ ਜੇ ਕੋਈ ਤੇਰੇ ਹੱਥ ਥੱਲੇ ਆਉਂਦੀ ਹੈ ਤਾਂ ਚੱਲ ਕੋਈ ਨਾ ਹੁਣ ਤਾਂ ਅੱਧਾ ਪੌਣਾ ਘੰਟਾ ਠਹਿਰ ਕੇ ਫੇਰੇ ਜਾਊਂਗੀ ਇੰਨੇ ਮੁੰਡਾ ਆਜੂਗਾ ਪੈਸੇ ਲੈ ਕੇ ਫੇਰੇ ਜਾ ਕੇ ਆਉਂਦੀ ਹਾਂ ਪੁੱਛਦੀ ਹਾਂ ਵੀ ਚੱਲ ਆ ਜਾ ਚੱਲੀਏ ਬਾਬੇ 'ਤੇ ਨਾਲੇ ਕੱਲ੍ਹ ਨੂੰ ਤਾਂ ਫਿਰ ਸੋਮਵਾਰ ਹੈ ਅੱਜ ਤਾਂ ਕਦੋਂ ਐਤਵਾਰ ਹੈ ਅੱਜ ਕੰਮ ਬਣੂਗਾ ਜੇ ਕਿਤੇ ਕਹਿਤਾ ਵੀ ਮੰਗਲਵਾਰ ਨੂੰ ਚੱਲਾਂਗੇ ਸੋਮਵਾਰ ਵਿਚਾਲੇ ਮਣ ਕਰ ਫੇਰੇ ਦੇ ਮਨ 'ਚ ਕੋਈ ਹੋਰ ਚੋਰ ਆ ਜੇ ਵੀ ਛੱਡ ਪਰੇ ਕਾਹਨੂੰ ਪੈਸੇ ਦਿੱਤੇ ਆਈ ਨਹੀਂ ਹੱਥ ਥੱਲੋਂ ਪੈਸੇ ਲੰਘਣ ਦਿੰਦੀ ਹੈਗੀ ਮੈਂ ਮੇਰਾ ਬਾਰ ਅੱਜ ਤੱਕ ਤਾਂ ਦੇਖ ਖਾਲੀ ਗਿਆ ਨਹੀਂ ਹੈਗਾ ਹੁਣ ਕਿਵੇਂ ਵਗ ਜੂ ਚੱਲ ਦੇਖਦੀ ਹਾਂ ਕਰਦੀ ਹਾਂ ਹੱਥ ਥੱਲੇ ਨੂੰ ਵੀ ਲੈ ਸਾਗ ਤਾਂ ਗਿਆ ਧਰਿਆ ਇਹਨੂੰ ਹਜੇ ਲੱਗਣਗੇ 2 ਘੰਟੇ ਤੇ ਇੰਨੇ 'ਚ ਮੈਂ ਖੇਤ ਜਾ ਕੇ ਬਾੜੀ ਜੀ ਲਵਾਇਆ ਨਹੀਂ ਇਹਨੇ ਤਾਂ ਨਿਕਲਣਾ ਹੀ ਨਹੀਂ ਹੈਗਾ ਪਤਾ ਨਹੀਂ ਕਿੱਧਰ ਵਗ ਗਿਆ ਦੀਦਾ ਵੀ ਹੈ ਨਹੀਂਗਾ
ਇੱਥੇ ਟੱਕ ਜਾਨੀ ਆ ਸਮਾਨ ਜਾ ਸਾਰਾ। ਏ ਲੈ ਹਾਏ ਹਾਏ ਬੇ ਕਿੱਧਰ ਵਗ ਗਿਆ ਦੇਖ ਲਾ ਉਹ ਪੀਲਾ ਪਾਣੀ ਕੰਜਰਾ। ਬੇ ਮੇਰੀ ਗੱਲ ਸੁਣ ਤੂੰ ਐਸੇ ਨਾ ਹੀ ਨਾ ਸਾਰੀ ਦਿਹਾੜੀ ਖੇਡੀ ਜਾਇਆ ਕਰ। ਹਾਂ ਕੀ ਹੋ ਗਿਆ ਤੂੰ ਕੰਮ ਦੀ ਗੱਲ ਵੀ ਸੋਚ ਲਿਆ ਕਰ। ਉਹ ਕੰਮ ਮੈਂ ਹੀ ਕਰਦਾ ਹੋਰ ਕੀ ਤੂੰ ਕਰਦੀ ਹੈ ਕੰਮ ਹੁਣ। ਮੇਰੀ ਗੱਲ ਸੁਣ ਦਮ ਦੇਣੇ ਉੱਠ ਤੇ ਚੱਲ ਖੇਤ ਬਾੜੀ ਲਾ ਕੇ ਅੱਗੇ ਆ ਜਾ ਮੈਂ ਚੱਲਦੀ ਤੇਰੇ ਨਾਲ ਬਾੜੀ। ਹਾਂ ਲਾ ਦਾਂਗੇ ਤਾਂ ਪਏ ਨੇ ਦਿਨ ਕਈ। ਬੇ ਤੂੰ ਉੱਠ ਕੇ ਤੁਰ ਪਾ ਚੱਲ। ਉਹ ਲਾ ਲਾਂਗੇ ਫਿਰ ਮੈਂ ਤੈਨੂੰ ਕਹਿਤਾ ਨਾ ਤੁਰ ਪਾ। ਚੱਲ ਬਾਗ ਚੱਲ ਲੈ ਕੁਝ ਫਿਰ ਚੱਕ ਤਾਂ ਲੈ ਕੀ ਲਾਉਣਾ ਖੇਤ ਤੂੰ ਸਾਰਾ ਪਤਾ ਮੈਨੂੰ ਚੱਲ ਤੁਰ ਇੱਕ ਮੈਂ ਉਹ ਚੱਕ ਲੈ ਫਿਰ ਥੈਲਾ ਤਾਂ ਚੱਕ ਲਾ ਪੈੜਾ ਜਿਹਾ ਸਮਾਨ ਲਿਆਂਦਾ ਜਿਹੜਾ। ਆਹੋ ਆ ਜਾ ਦਬਾ ਦਬਾ ਤੈਨੂੰ ਤਾਂ ਸੋਚ ਨਹੀਂ ਹੈਗੀ ਲੈ ਚ ਪਾ ਲਾ ਲਾ ਸੰਲੂ ਸੁਣਾ। ਆਜਾ ਆਜਾ ਛੇਤੀ ਉਹ ਮੈਂ ਤਾਂ ਤੈਨੂੰ ਐਂ ਕਹਿੰਦਾ ਤੀ ਆ ਸਾਗ ਧਰ ਕੇ ਤੀ ਇਹਨੂੰ ਤਾਂ ਸਿਰੇ ਚੜ ਜਾਂਦੀ ਪਹਿਲਾਂ ਫਿਰ ਵਗ ਜਾਾਂਗੇ। ਬੇ ਮੈਨੂੰ ਸਾਰਾ ਪਤਾਗਾ ਤੇਰੇ ਨਾਲੋਂ ਬੱਦਖਲਾ ਮੈਨੂੰ ਵੇ ਮੈਂ ਧਰਤਾ ਇਹਨੂੰ ਹਜੇ ਲੱਗਣਗੇ 2 ਘੰਟੇ ਤੂੰ ਦੇਖੀ ਜਾਹੀ ਸਾਗ ਤਾਂ ਜਦੋਂ ਖਾਏਗਾ ਨਾ ਤੇ ਐ ਮਲਾਈ ਵਾਂਗੂ ਪਿਆਹੂ ਬਣਿਆ। ਚੱਲ ਤੂੰ ਆ ਜਾ ਦਬਾ ਦਬ। ਪਤਾ ਕੀ ਆ ਨਾ ਆਪਾਂ ਨੂੰ ਖੇਤ ਵੱਧ ਟਾਈਮ ਵੀ ਲੱਗ ਸਕਦਾ ਮੈਂ ਤਾਂ ਕਹਿੰਦਾ ਪਹਿਲਾਂ ਇਹਨੂੰ ਰਜਾ ਦੇ ਫਿਰ ਵਗ ਚੱਲਾਂਗੇ। ਬੇ ਮੈਨੂੰ ਸਾਰਾ ਪਤਾ ਵੀ ਸਾਗ ਕਿੰਨੇ ਟਾਈਮ ਭੇਜੀ ਰਿੱਜੂਗਾ ਜ਼ਿਆਦਾ ਬਹਾਨੇ ਲਾਉਣ ਦੀ ਲੋੜ ਨਹੀਂ ਤੁਰ ਪਾ ਬੰਦਿਆਂ ਨੂੰ। ਹੁਣ ਤੂੰ ਹਟਦੀ ਨਹੀਂ ਨਹੀਂ ਹਟਦੀ ਚੱਲ ਫਿਰ ਚੱਲ ਤੁਰ। ਹਾਂ ਮੈਂ ਪਾ ਲਾਂ ਚੱਕ ਬੋਰੀ ਹਟ ਜਾ ਮੈਂ ਸਮਾਨ ਪਾ ਲਾਂ ਫਿਰ ਤੂੰ ਪਰਾਂ ਹੋ ਜਾ ਕਿ ਮੈਂ ਪਹਿਲਾਂ ਨਹੀਂ ਆਪਾਂ ਬਾਬਾ ਤੱਕ। ਬੇ ਤਾਂ ਧੰਨਾ ਨਾਲ ਵਾਲੀ ਮਾਸੀ ਜਿਹੜੀ ਸਾਗ ਦੇਗੀ ਨਹੀਂ ਤਾਂ ਤੇਰੇ ਆਹ ਚਿੱਬੜਾਂ ਦੇ ਚੱਕਰਾਂ 'ਚ ਰਹਿ ਜਾਂਦੀ ਮੈਂ ਅੱਜ ਫਿਰ ਚਟਣੀ ਕੁੱਟੀ ਜਾਂਦੀ ਮੈਂ। ਫਿਰ ਮੈਂ ਕਿਹਾ ਚਿੱਬੜਾਂ ਨੂੰ ਲੈ। ਹਾਂ ਹਾਂ ਕੀ ਬੋਲ। ਬੇ ਮੇਰੀ ਗੱਲ ਸੁਣ ਜੇ 4 ਚਿੱਬੜ ਅਸੀਂ ਲੈ ਪਿਆਉਂਦੀਆਂ ਤਾਂ ਤੂੰ ਵੀ ਤਾਂ ਚਟਣੀ ਖਾਣੀ ਸੀ ਮੈਂ ਕਿਹੜਾ ਇਕੱਲੀ ਨੇ ਖਾਣੀ ਸੀਗੀ ਹੁਣ ਲੱਗੇ ਰਹੋ ਹਜੇ ਇਹਨੂੰ 2 ਘੰਟੇ ਲੱਗਣਗੇ। ਹੁਣ ਬੋਲੀ ਜਾਂਦੀ ਹੋਈ ਹਾਂ ਹਾਂ ਇਹ ਲੈ ਤੈਨੂੰ ਭੋਰਾ ਤਰਸ ਨਹੀਂ ਆਉਂਦਾ ਵੀ ਤੂੰ ਇੰਨੀ ਜ਼ੋਰ ਦੀ ਮੇਰੇ ਗਿੱਟੇ ਤੇ ਮਾਰਿਆ ਸੀਗਾ। ਉਹਦਾ ਖਾਦੀ ਵੀ ਜੀ ਬੱਜਾ ਬੱਜਾ ਹੁਣ ਚਲ ਆ ਜਾ ਆ ਜਾ ਚੱਲ ਤਾਂ ਰਿਹਾ ਹੁਣ ਚੱਲ ਚੱਲ ਆ ਬਾਹਰ ਲਾ ਦੇ ਨਾਲੇ ਲਾਉਣੀ ਆ ਹੋਰ ਟਾਈਮ ਨਾਲ ਕੰਮ ਨਿਬੜਦਾ ਹੋ ਜਾਊਗਾ ਮੁੜ ਕੇ। ਮੈਂ ਤਾਂ ਤੈਨੂੰ ਕਹਿ ਰਿਹਾ ਸੀ ਵੀ ਫੇਰ ਲਾ ਦਿੰਦੇ ਹੁਣ ਤੇਰਾ ਨਾਲੇ ਸਾਗ ਖਰਾਬ ਹੋਊਗਾ। ਬੇ ਕਿਧਰੇ ਨਹੀਂ ਖਰਾਬ ਹੁੰਦਾ ਹੈਗਾ ਮੈਂ ਓਨੀ ਕੀ ਅੱਗ ਮਚਾਈ ਆ ਵੀ ਜਿੰਨਾ ਕੁ ਚੋ ਉਹ ਹੋਈ ਜਾਵੇ ਰਿੱਝੀ ਜਾਵੇ। ਆਪਾਂ ਨੂੰ ਕੀ ਆ ਭਾਈ ਆਪਾਂ ਤਾਂ ਦੱਸ ਮੈਂ ਸਾਰ ਲਾਂਗਾ ਆਪਦਾ ਹੋਰ ਕੀ ਆ। ਆ ਬੇੜ ਬੇੜ ਜੀ ਨਾ ਕਰ ਮੈਨੂੰ ਸਾਰਾ ਪਤਾ ਤੂੰ ਕੰਮ ਤੋਂ ਟਰਦਾ ਕੰਮ ਕਰਕੇ ਤਾਂ ਰਾਜੀ ਨਹੀਂ ਆ ਗੱਲਾਂ ਮਰਵਾ ਲਾ ਹੁਣੇ ਉਹਦੇ ਕੋਲ ਬੈਠ ਕੇ ਟਕੇ ਟਕੇ ਦੀਆਂ ਲਾਏਗਾ ਹੁਣ। ਨਹੀਂ ਹੁਣ ਜਾ ਤਾਂ ਰਿਹਾ ਹੋਰ ਕਿਵੇਂ ਜਾਇਆ ਕਰਦੇ ਹੁਣ ਲਿਟ ਕੇ ਜਾਵਾਂ ਹੁਣ। ਕਿਉਂ ਕਰਦਾ ਇਹ ਤਾਂ ਊਂ ਬੋਲਦਾ ਮੈਂ ਬੋਲਦਾ ਲੈ ਦੇਖਾਂ ਪਹਿਲਾਂ ਮੰਗੇ ਨੂੰ ਹਜੇ ਤੱਕ ਨਹੀਂ ਆਇਆ ਹੈਗਾ ਹੈ ਕਿਹੜਾ ਟਾਈਮ ਹੋ ਗਿਆ ਗਏ ਨੂੰ ਵੀ ਤੂੰ ਫੜ ਕੇ ਪੈਸੇ ਸਿੱਧੇ ਆ ਜਾ ਹੈ ਮਨ ਕਰੇ ਉੱਥੇ ਗੱਲਾਂ ਲੱਗ ਗਿਆ ਹੁਣ ਮਾਰਨ ਮੰਗੇ ਦਾ ਵੀ ਸਰੀ ਪਿਆ ਗਾ ਬਸ ਉਹ ਕਿਹੜਾ ਤਾਈ ਨਾਲੋਂ ਘੱਟ ਆਗਾ। ਨਹੀਂ ਚਾਚੀ ਨਹੀਂ ਹਾਵਰੀਤ ਆ ਗਈ ਇੱਧਰ ਕੀ ਮੂੰਹ ਜਿਹਾ ਚੱਕ ਰੱਖਿਆ ਕੰਮ ਬਣਿਆ ਕਿ ਨਾ। ਨਹੀਂ ਪ੍ਰੀਤ ਕੰਮ ਤਾਂ ਬਸ ਬਣੀ ਪਿਆਗਾ ਮੁੰਡਾ ਆਉਂਦਾ ਪੈਸੇ ਲੈ ਕੇ ਬਸ ਹੁਣ ਵਗ ਚੱਲਦੇ ਆਪਾਂ। ਨਹੀਂ ਚਾਚੀ ਕਿੰਨਾ ਟਾਈਮ ਹੋ ਗਿਆ ਉਹਨੂੰ ਗਏ ਨੂੰ ਦੇਖ ਲੈ ਹਾਲ ਤੱਕ ਨਹੀਂ ਆਇਆ ਹੈਗਾ ਲਾ ਲੈ ਮੈਂ ਵੀ ਹਿਸਾਬ ਕਿਤਾਬ ਜਾ ਵੀ ਤੇਰੀ ਵੀ ਘਰੇ ਪੁਗਦੀ ਪਗਦੀ ਨਹੀਂ ਹੈਗੀ ਊਈ ਫੜਾ ਮਾਰਦੀ ਰਹਿੰਦੀ ਹੈ ਤੂੰ ਵੀ। ਨਹੀਂ ਪੁਗਦੀ ਪਗਦੀ ਕਿਉਂ ਨਹੀਂ ਪੁਗਦੀ ਤਾਂ ਮੇਰੀ ਬਥੇਰੀ ਆ ਜੇ ਪੁਗਦੀ ਆ ਤਾਂ ਹੀ ਮੇਰਾ ਮੁੰਡਾ ਪੈਸੇ ਲੈਣ ਗਿਆ ਲਾ ਜਾ ਅੰਦਰ ਬਹਿ ਜਾ ਊਈ ਨਾ ਗੱਲਾਂ ਜਾਂ ਮਾਰੀ ਆ ਬੱਚੇ। ਚਾਚੀ ਤੂੰ ਤਾਂ ਛੜੇ ਨੂੰ ਰੋਣੀ ਹੈ ਮੈਨੂੰ ਤਾਂ ਲੱਗਦਾ ਤੇਰੇ ਜਵਾਕ ਵੀ ਨਹੀਂ ਹੱਥ 'ਚ ਹੈਗੇ। ਨਹੀਂ ਆ ਜਾ ਕੋਈ ਨਾ ਹੈ ਵੇ ਹਾਂ ਦੇਖੀ ਅੱਜ ਤਾਂ ਮੇਰਾ ਐਂ ਜੇ ਚਿੱਤ ਕਰਦਾ ਗਾ ਵੀ ਨਾਲੇ ਤਾਂ ਸਹਿਰ ਕੱਢ ਕੇ ਆਵਾਂ ਗੇੜੀ ਤੇ ਨਾਲੇ ਆ ਜੈ ਖੰਡ ਦੇ 2 ਕ ਗੋਲ ਗੱਪੇ ਜੇ ਖਾ ਕੇ ਆਵਾਂ। ਅੱਛਾ ਗੋਲ ਗੱਪੇ ਕਿਹੜੇ ਖਾਣੇ ਨੇ ਸੂਜੀ ਵਾਲੇ ਕਿ ਆਟੇ ਵਾਲੇ। ਵੇ ਤੂੰ ਸੂਜੀ ਨੂੰ ਮਾਰ ਗੋਲੀ ਮੈਂ ਤਾਂ ਆਟੇ ਵਾਲੇ ਖਾ ਕੇ ਆਉਂਗੀ। ਆ ਤੈਨੂੰ ਯਾਦ ਆਵੇ ਜਦੋਂ ਮੈਂ ਵਿਆਹੀ ਵਿਆਹੀ ਆਈ ਸੀਗੀ ਆਪਾਂ ਇੱਕੋ ਪਲੇਟ 'ਚ ਖਾਂਦੇ ਹੁੰਦੇ ਸੀ ਧਰਮ ਨਾਲ ਮੇਰੇ ਤੋਂ ਚੇਤਾ ਕਦੇ ਭੁੱਲਦਾ ਹੀ ਨਹੀਂ। ਅੱਛਾ ਬਣੀਆਂ ਗੋਲ ਗੱਪਿਆਂ ਦੀ ਨਾ ਬੂਥਾ ਹੈਗਾ ਗੋਲ ਗੱਪਿਆਂ ਵਾਲਾ ਤੇਰਾ ਕਿਉਂ ਮੇਰੇ ਬੂਥੇ ਨੂੰ ਕੀ ਹੋਇਆ। ਨਹੀਂ ਸਾਰਾ ਦਿਨ ਦਾ ਪਾਥੀ ਵਰਗਾ ਕਰਕੇ ਰੱਖਦੀਆਂ ਨੂੰ। ਬੇ ਗੱਲ ਸੁਣ ਮੇਰੀ ਆ ਜਦੋਂ ਮੈਂ ਵਿਆਹੀ ਆਈ ਸੀ ਉਹ ਤਾਂ ਕਹਿੰਦਾ ਹੁੰਦਾ ਸੀ ਤੇਰੇ ਵਰਗੀ ਸਾਡੇ ਸਾਰੇ ਪਿੰਡ 'ਚ ਨਹੀਂ ਬਹੂ ਆਉਣੀ ਹੈਗੀ ਤੇ ਅੱਜ ਤੈਨੂੰ ਮੈਂ ਪਾਥੀ ਵਰਗੀ ਦੱਸਦੀ ਆ। ਨਹੀਂ ਉਦੋਂ ਮੇਰੀ ਮੱਤ ਮਾਰੀ ਗਈ ਸੀ ਹੁਣ ਤਾਂ ਮੈਨੂੰ ਗਲ ਪਿਆ ਢੋਲ ਵਜਾਉਣੀ ਪਊ। ਬੇ ਹੁਣ ਤਾਂ ਵਜਾਉਣਾ ਹੀ ਪੈਣਾ ਚਾਹੇ ਤੇਰੀ ਮੱਤ ਵਜੇ ਚਾਹੇ ਵਜੇ ਛੱਤ ਬੰਦੇ ਆਗੂ ਨਾ ਮੈਨੂੰ ਗੋਲ ਗੱਪੇ ਖਵਾ ਕੇ ਲਿਆ ਜਾ ਆਪੇ ਵਗ ਜਾ ਮੈਥੋਂ ਹੀ ਜਾ ਜਾਂਦਾ ਫਿਰ ਆਪੇ ਕਦੋਂ ਜਾਵਾਂ ਵਗ ਜਾ ਫਿਰ ਮੇਰੀ ਗੱਲ ਸੁਣ ਲੈ ਮੈਂ ਪੱਠਲ ਮਾਰੂ ਚੱਕ ਕੇ ਆ ਜਾ ਖੇਤ ਵਗ ਜਾ ਤੂੰ ਖੇਤ ਵਗ ਜਾ ਮੈਂ ਕਿਹਾ ਨਾ ਗੋਲ ਗੱਪੇ ਖਵਾ ਕੇ ਲਿਆਈ ਮੈਨੂੰ ਮੈਥੋਂ ਹੀ ਜਾ ਜਾਂਦਾ ਹਾਂ ਬੜਾ ਕੰਮ ਆਈ ਉਹ ਕਰਦੀ ਨੀ ਗੋਲ ਗੱਪੇ ਗੋਲ ਗੱਪੇ। ਨਹੀਂ ਚਾਚੀ ਤੇਰਾ ਮੁੰਡਾ ਵੀ ਨਕੰਮੀ ਹੈ ਲੈ ਹਾਲ ਤੱਕ ਨਹੀਂ ਆਇਆ ਇਹਨੇ ਬਾਬਾ ਉਹ ਕੋਈ ਢਾ ਟੱਪਾ ਲੱਗ ਜੂਗਾ ਕਰਨ ਫਿਰ ਬੈਠੀ ਚੱਕ ਜਾਈ ਉੱਥੇ। ਨਹੀਂ ਹੋਰ ਆਉਣ ਵਾਲੀ ਆ ਕੋਈ ਨਾ ਪ੍ਰੀਤ ਹੁਣ ਆ ਜੂਗਾ ਇੰਨਾ ਟਾਈਮ ਹੁੰਦਾ ਕਦੇ ਤੈਨੂੰ ਪਤੀ ਆ ਪੈਸੇ ਦੇਣ ਲੱਗੇ ਤਾਂ ਇਹ ਐਂ ਕਰਦੇ ਨੇ ਹੋਰ ਨਾਲੇ ਜਣ ਉਹ ਸੀਂਦ ਲੈਂਦੇ ਆ ਪੈਸੇ ਸਾਰੀ ਫਸਲ ਜਾਂਦੇ ਸੀ ਮੇ ਮਹੀਨੇ ਆੜ ਕੇ ਤਾਂ ਹੀ ਕਰਦੇ ਲਾ ਆ ਗਿਆ। ਬੇ ਮੰਗੇ ਹਾਂ ਬੀਬੀ ਲੈ ਪੁੱਤ ਪੈਸੇ। ਬੀਬੀ ਚੱਜ ਦਾ ਕੰਮ ਦਾ ਤੂੰ ਕਰਦੀ ਨਹੀਂ ਹੈਗੀ ਕੋਈ। ਬੇ ਚੱਲ ਕੋਈ ਨਾ ਪੁੱਤ ਲੈ ਜਾਂਦੇ ਆ ਲਿਆਇਆ ਤਾਂ ਹੈਗਾ
ਦੇਖ ਲਾ ਹੁਣ ਹਿਸਾਬ ਨਾਲ ਚੱਲੀ ਕੋਈ ਨਾ ਹਿਸਾਬ ਨਾਲ ਦੱਸ ਮੈਂ ਕੀ ਰੋੜੀਆਂ ਖਾ ਕੇ ਆਉਣੀਆਂ ਨੇ ਇਹਦੀਆਂ ਤੁਹਾਡੀ ਮਾਰੀ ਇਹ ਕਰਦੇ ਪੁੱਤ ਮੈਂ ਕਿਹੜਾ ਸਾਥੀ ਦੀ ਧਰਕੇ ਲੈ ਕੇ ਜਾਣਾ ਵੀ ਨਾਲ ਮਰਨਾ ਗਾ ਤੇਰੀ ਹੋਊਗਾ ਸਾਰਾ ਕੁਛ ਚਾਚੀ ਆ ਜਾ ਹੁਣ ਗੱਲਾਂ ਆ ਕੇ ਕਰ ਲਈ ਚੰਗਾ ਮੰਗੇ ਨਿਗਾ ਰੱਖੀ ਪੁੱਤ ਹੋਰ ਉੱਤੇ ਦਿਨ ਛੀ ਪੈ ਜਾਂਦਾ ਹੋਰ ਚੱਲ ਲੈ ਕੁੜੇ ਆਇਆ ਭੱਜਿਆ ਹਾਂ ਨੀ ਹੱਲ ਕੋਹ ਜੇ ਲੈਵਾਂ ਕੀ ਪਤਾ ਹੋਰ ਅੱਜ ਕੱਲ੍ਹ ਤੇ ਤੀਵੀਆਂ ਦਾ ਪਤਾ ਭਟਕਾ ਲੈਂਦੇ ਰਹਿੰਦੀਆਂ ਲੈ ਚੱਲ ਨਾਲੇ ਮੇਰੀ ਗੱਲ ਸੁਣ ਦਬਾ ਦਬ ਜਾ ਕੇ ਹੱਥ ਚਲਾ ਲਈ ਉੱਥੇ ਦਮ ਦੇਣੇ ਕੰਮ ਨਿਬੜ ਕੇ ਆ ਜਾਗੇ ਸਾਰਾ ਹੱਥ ਉੱਥੇ ਨੀ ਮੇਰੇ ਤੋਂ ਚੱਲਦੇ ਹੈਗੇ ਲੈ ਤੇ ਹੋਰ ਕੀ ਚਲਾਏਗਾ ਵੇ ਮੈਂ ਤਾਂ ਕਹੀ ਨਾਲ ਕਰੂ ਸਾਰਾ ਕੰਮ ਲੈ ਵੇ ਚੱਲ ਕੋਈ ਗੱਲ ਨੀ ਜਿੰਨੀ ਕੁ ਕਹੀ ਦੀ ਲੋੜ ਹੋਈ ਕਹੀ ਤੇ ਨਾਲ ਦੀ ਨਾਲ ਹੀ ਕਿੱਥੇ ਰੁਕ ਗਿਆ ਤਾਇਆ ਉਹ ਤਾਇਆ ਕਿੱਧਰ ਜਾਣਾ ਇੱਧਰ ਤੂੰ ਉਹ ਮੈਂ ਤਾਂ ਇੱਧਰ ਹੀ ਫਿਰਦਾ ਸੀ ਬਸ ਕੰਮ ਧੰਦਾ ਤੂੰ ਦੱਸ ਕੀ ਕੰਮ ਮਾੜਾ ਮੇਰੇ ਨਾਲ ਖੇਤ ਬਾੜੀ ਲਵਾਇਆ ਬਾੜੀ ਦਾ ਹੁਣ ਟਾਈਮ ਆ ਮੇਰਾ ਦਿਨ ਤਾਂ ਛਿਪਿਆ ਪਿਆ ਹੁਣ ਤਾਂ ਤੜਕੀ ਆਉਣਾ ਸੀ ਦੱਸੋ ਆ ਦੇਖਣਾ ਤਾਂ ਇਹ ਵੀ ਕਹਿੰਦਾ ਦਿਨ ਪਰੇ ਹੁਣ ਕਵੇਲੇ ਟੱਕਰਾ ਮਾਰੇਗਾ ਤੂੰ ਇਹਨੂੰ ਕਾ ਤੂੰ ਛੇੜਦਾ ਹੈ ਆਪਾਂ ਦੋਨੇ ਬਹੁਤ ਆ ਉਹ ਸਾਹ ਹੁੰਦਾ ਸਿਆਣੇ ਬੰਦੇ ਨੂੰ ਆ ਜਾ ਤਾਂ ਕੋਈ ਨਹੀਂ ਹੁੰਦਾ 10 ਮਿੰਟ ਲੱਗਣਗੇ ਹੁਣ ਨਵੇੜਿਆ ਕੰਮ ਯਾਰ ਆਪਾਂ ਤਾਂ ਚੱਲ ਆ ਜਾ ਫਿਰ ਹੋਰ ਹੁਣ ਬਾਬੇ ਨੇ ਪਹਿਲਾਂ ਕਿਸੇ ਦਾ ਕੰਮ ਕਰਿਆ ਵੀ ਹੈਗਾ ਅਸੀਂ ਬੋ ਨੀ ਹੈਗੀ ਆਪਣੇ ਵਾਲੀ ਹਾਂ ਉਹ ਪਿੱਛੇ ਘਰ ਆ ਜਿਹੜਾ ਆਹੋ ਜਾਣਦੀ ਆ ਆਹੋ ਉਹਨੂੰ ਜਾਣਦਾ ਕਿਹੜਾ ਨੀ ਉਹ ਤਾਂ ਸਾਰੀ ਜਾਣਦੇ ਨੇ ਹਾਂ ਉਹਦਾ ਦੇਖ ਲੈ ਸਾਰਾ ਟੱਬਰ ਕਿਵੇਂ ਸੀਬੋ ਮੂਰੇ ਪਾਣੀ ਭਰਦਾ ਨੀ ਹਾਂ ਉੱਥੇ ਕਰਾ ਕੇ ਲੈ ਜਾਓ ਵੀ ਉਸੇ ਬਾਬੇ ਲਵੇ ਗਈ ਸੀ ਇਹ ਤਾਂ ਅੱਖੀ ਦੇਖਿਆ ਨਤੀਜਾ ਹੈਗਾ ਸਾਰੇ ਟੱਬਰ ਚੋਂ ਨਾ ਜਵਾਕ ਦੀ ਹਿੰਮਤ ਵੀ ਨੀ ਸੀਬੋ ਤੋਂ ਬਿਨਾਂ ਪੁੱਛੇ ਮੂਤਣ ਵਗ ਜਾਣਗੇ ਤੇਰੀ ਗੱਲ ਸੱਚੀ ਆ ਭੈਣੇ ਬਸ ਬਾਬੇ ਨੂੰ ਕਹਿ ਕੇ ਨਾ ਤੇਰੀ ਦਾ ਜਾਣ ਪਛਾਣ ਬਸ ਐਂ ਕਰਾ ਦੇ ਵੀ ਸਾਡਾ ਸੜਾ ਨਾ ਬਸ ਜਮੀ ਨਾ ਜਾਵੀ ਚੀ ਬਾਹਰ ਸੱਤੋਂ ਮਹਾਂ ਬਾਬਾ ਤਾਂ ਇਹੋ ਜਿਹੇ ਜਿੰਦੇ ਲਾਊਗਾ ਨਾ ਹਾਂ ਤੂੰ ਤਾਂ ਮੈਨੂੰ ਐਂ ਕਹੇਂਗੀ ਵੀ ਤਾਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਨਹੀਂ ਜੇ ਸਾਡਾ ਨਾ ਵਧੀਆ ਉਹ ਹੋ ਗਿਆ ਹੈ ਲਾਲਾ ਸਾਡੇ ਕਹਿਣੇ ਚੱਲਣ ਲੱਗ ਗਿਆ ਜ਼ਮੀਨ ਜਮੂ ਸਾਡੇ ਨੌ ਕਰਵਾਤੀ ਹੈ ਮੈਂ ਤਾਂ 500 ਰੁਪਏ ਬਾਬੇ ਨੂੰ ਹੋਰ ਦਿਉਂਗੀ ਵੱਧ ਬਥੇਰਾ ਬਾਕੀ ਵਿਸ਼ਵਾਸ ਰੱਖੀ ਯਕੀਨ ਰੱਖੀ ਬਾਬੇ ਤੇ ਕਿਤੇ ਉਹੀ ਗੱਲ ਵੀ ਉੱਪਰੋਂ ਉੱਪਰੋਂ ਲੱਗੇ ਅੰਦਰਲਾ ਮਨ ਤੇਰਾ ਕੁਛ ਹੋਰ ਕਹੀ ਜਾਵੇ ਨਾਲੇ ਚਾਚੀ ਮਾੜਾ ਜਿਹਾ ਪੈਰ ਚੱਕ ਲੈ ਜੇ ਕਿਤੇ ਬਾਬਾ ਬਹਿਗਾ ਤਪੱਸਿਆ ਤੇ ਆਪਣੀ ਬਕਾਈ ਹੋਜੂ ਘੰਟਾ ਡੇਢ ਘੰਟਾ ਉੱਥੇ ਬੈਠਣਾ ਪਊਗਾ ਚੱਲ ਆ ਜਾ ਤੇ ਗੱਲ ਸੁਣ ਮੇਰੀ ਤੇਰਾ ਇਹਦੇ ਬਿਨਾਂ ਗੱਡਾ ਖੜਾ ਸੀਗਾ ਤੇਰੇ ਤੋਂ ਇਕੱਲੇ ਤੋਂ ਕੁਛ ਕੰਮ ਹੁੰਦਾ ਨੀ ਨਹੀਂ ਮੇਰੀ ਗੱਲ ਸੁਣ ਲਾ ਮੈਨੂੰ ਤਾਂ ਜਿਹੜਾ ਮਾੜਾ ਬੋਲਦੀ ਹੁਣ ਤਾਏ ਨੂੰ ਮਾੜਾ ਨਾ ਬੋਲ ਬਈ ਮੈਂ ਤਾਏ ਨੂੰ ਕੀ ਕਹਿਤਾ ਹਾਂ ਮੈਂ ਤਾਂ ਐਂ ਆਖਿਆ ਵੀ ਕੰਮ ਆਪਣਾ ਦੋ ਜਾਣਿਆਂ ਦਾ ਆਹ ਤੀਜਾ ਆਟੇ ਨੂੰ ਬੜੇਥੜ ਕਿਉਂ ਨਾਲ ਲੈ ਲਿਆ ਨਹੀਂ ਦੂਜਾ ਕਿਹੜਾ ਕੰਮ ਤਾਂ ਮੈਂ ਕਰੂੰਗਾ ਤੂੰ ਤਾਂ ਉੱਥੇ ਬੈਠੇਂਗੀ ਜਾ ਕੇ ਤਾਂ ਹੀ ਤਾਏ ਲਿਆਂਦਾ ਨਾਲ ਮੈਂ ਬਈ ਮੈਂ ਇੱਥੇ ਬੈਠਣ ਨੂੰ ਨਹੀਂ ਆਈ ਮੈਂ ਨਾਲ ਕੰਮ ਕਰਾਉਣ ਵਾਸਤੇ ਆਈ ਹਾਂ ਆਹੋ ਚੱਕ ਲਿਆਂਦਾ ਨਾਲ ਹਾਂ ਤੈਨੂੰ ਪਤਾ ਤੇਰੇ ਕੰਮਾਂ ਦਾ ਕੰਜਰੋ ਤੁਸੀਂ ਘਰੇ ਤਾਂ ਲੜਦੇ ਹੋ ਉਰੇ ਦਾ ਚੁੱਪ ਕਰ ਜਾਓ ਕਿਉਂ ਲੋਕਾਂ ਨੂੰ ਜਲੂਸ ਦਿਖਾਈ ਜਾਂਦੇ ਹੋ ਹੈ ਐਂ ਦੱਸ ਪਹਿਲਾਂ ਮੈਨੂੰ ਉਹ ਦੇਖ ਹਾਂ ਬੋਲਦਾ ਤਾਇਆ ਕਿਵੇਂ ਹੁਣ ਤੇ ਕੀ ਬੋਲਦਾ ਕੀ ਬੋਲਦਾ ਹਾਂ ਕੀ ਹਾਂ ਜਦੋਂ ਮੈਂ ਤੈਨੂੰ ਆਖਿਆ ਵੀ ਆਪਾਂ ਦੋਨੇ ਜੀ ਚੱਲਦੇ ਹਾਂ ਤੀਜਾ ਤੂੰ ਇਹਨੂੰ ਬਾਜ ਮਾਰ ਲਿਆ ਆ ਆਹ ਦੇਖ ਲਾ ਤੇਰਾ ਲੱਗਦਾ ਕੁਛ ਉਹ ਚੱਕੀ ਫਿਰਦਾ ਲਫਾਫਾ ਇਹੋ ਜਿਹਾ ਕੰਮ ਕਰੂ ਅੱਜ ਮੇਰੀ ਗੱਲ ਸੁਣ ਲਾ ਤਾਇਆ ਤਾਂ ਨਾਲੇ ਜਾਊਗਾ ਨਹੀਂ ਤਾਂ ਬਸ ਫਿਰ ਹਾਂ ਮੇਰੀ ਗੱਲ ਫਿਰ ਤੂੰ ਵੀ ਸੁਣ ਲੈ ਹੁਣ ਕੰਮ ਕਰਾਂਗੇ ਤਾਂ ਖੇਤ 'ਚ ਦੋਨੇ ਜਾਵਾਂਗੇ ਨਹੀਂ ਮੈਂ ਨਹੀਂ ਇਹਨੂੰ ਵੜਨ ਦਿੰਦੇ ਲੈ ਫਿਰ ਮੇਰੀ ਗੱਲ ਸੁਣ ਲਾ ਆਹ ਚੱਕ ਯਾਰ ਤਾਂ ਚੱਲੇ ਨੇ ਫਿਰ ਹੁਣ ਹਾਂ ਜਰਾ ਗੱਲ ਸੁਣ ਲੈ ਨਾਲੇ ਹੋਰ ਮੇਰੀ ਗੱਲ ਸੁਣ ਤੂੰ ਇਹਨੂੰ ਮੋੜ ਦੇ ਆ ਜਾ ਹਾਨੀ ਪ੍ਰੀਤ ਬਾਬੇ ਨੇ ਬਿਠ ਕੇ ਆਉਣਾ ਐਡੀ ਦੂਰ ਲੱਭਿਆ ਖੇਤਾਂ 'ਚ ਜਾਂ ਨੇੜੇ ਤੇੜੇ ਪੈ ਜਾਂਦਾ ਕਿਤੇ ਇੱਕ ਮੈਨੂੰ ਡਰ ਲੱਗੀ ਜਾਂਦਾ ਗਾ ਨਹੀਂ ਚਾਚੀ ਬਾਬੇ ਤਾਂ ਜੰਗਲਾਂ 'ਚ ਹੀ ਹੁੰਦੇ ਨੇ ਇਹ ਤਾਂ ਕੋਈ ਕਿਸਮਤ 'ਤੇ ਚੰਗੀ ਆ ਵੀ ਜਿਹੜਾ ਨਹਿਰ ਦੇ ਲਵੇ ਡੇਰਾ ਲਾ ਲਿਆ ਉਹਨੇ ਉਹ ਤਾਂ ਠੀਕ ਆ ਨਹੀਂ ਚਾਚੀ ਚਾਚੀ